ਸਿੱਧਾ ਸਿੱਧਾ ਜਿਹੜੀ ਮੇਨ ਲੀਡਰਸ਼ਿਪ ਹੈਗੀ ਹੈ ਉਹਦੇ 'ਤੇ ਗੱਲ ਕਰ ਰਹੇ ਹੋ, ਔਰ ਇਸ ਟਾਈਮ ਉਹ ਚੀਫ ਮਿਨਿਸਟਰ ਵੀ ਨੇ ਪੰਜਾਬ ਦੇ। ਜੋ ਰਿਐਲਿਟੀ ਮੈਂ ਉਹੀ ਗੱਲ ਕਹਿ ਰਿਹਾ ਹੈਗਾ, ਕਾਂਗਰਸ ਵਿਜੇ ਪ੍ਰਤਾਪ ਵੀ ਜੋ ਜੁਆਇਨ ਕੀਤਾ ਉਹਨੇ ਵੀ ਇਹੀ ਗੱਲ ਕਹੀ ਵੀ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਅਤੇ ਮੇਰੀ ਰਿਪੋਰਟ ਆ ਉਹਨੂੰ ਪਬਲਿਕ ਕਰੋ। ਮੈਨੂੰ ਇਨੀਸ਼ਲੀ 3 ਮਹੀਨੇ ਟਾਈਮ ਦਿੱਤਾ ਸੀਗਾ, ਲੇਕਿਨ 3 ਮਹੀਨੇ ਦੇ ਵਿੱਚ ਗੌਰਮੈਂਟ ਨੇ ਮੈਨੂੰ ਜੋ ਡਾਕੂਮੈਂਟ ਮੇਰੀ ਰਿਕੁਆਇਰਮੈਂਟ ਸੀ ਜੋ ਮੈਂ ਮੰਗੇ ਸੀਗੇ ਉਹ ਵੀ ਨਹੀਂ ਦਿੱਤੇ। ਤੁਸੀਂ ਇਹ ਕਰੋ ਸੀ ਐਮ ਸਾਹਿਬ ਨੂੰ ਲੱਗੀ ਕੁਐਸਚਨ ਕਰਿਓ ਵੀ ਅਕਾਲ ਤਖ਼ਤ ਦੇ ਉੱਤੇ ਮੈਨੂੰ ਟਾਈਮ ਲੈਣ, ਮੈਂ ਰਿਪੋਰਟ ਜਾ ਕੇ ਉੱਥੇ ਪੇਸ਼ ਕਰ ਲਾਂਗਾ। ਕੁਝ ਡਾਕੂਮੈਂਟ ਮੈਂ ਕਹਿ ਦਾਂਗੇ ਆਹ ਡਾਕੂਮੈਂਟ ਦਿਖਾਉਣ, ਗੌਰਮੈਂਟ ਦਿਖਾ ਦੇ, ਰਿਕਾਰਡ ਤਾਂ ਗੌਰਮੈਂਟ ਕੋਲ ਆ ਅਤੇ ਜਥੇਦਾਰ ਸਾਹਿਬ ਆਪਣੇ ਨੇ ਕਿਉਂ ਪੜ੍ਹ ਕੇ ਸੁਣਾਉਣਗੇ ਪਬਲੂ ਵੀ ਇਹਦੇ 'ਚ ਕੀ ਲਿਖਿਆ। ਪਹਿਲਾਂ ਹੀ ਮੈਂ ਕਹਿ ਚੁੱਕਿਆ ਮੇਰੀ ਰਿਪੋਰਟ ਪਬਲਿਕ ਦੇ ਵਿੱਚ ਆਉਣ ਦੇ ਨਾਲ ਆ ਉਹ ਕੋਰਟ ਦੇ ਨਾਲ ਆ, ਮੈਨੂੰ ਕੀ ਬੈਨੀਫਿਟ। ਇੱਕ ਜੱਜ ਸਾਹਿਬ ਜਿਹੜੇ ਨੇ ਕਿਸੇ ਪਾਰਟੀ ਦੇ ਵਿੱਚ ਜਾਂਦੇ ਆ ਤਾਂ ਉਹ ਵੀ ਦੇਖਦੇ ਆ ਕਿ ਕਿਸ ਤਰੀਕੇ ਦਾ ਰਾਜਨੀਤੀ ਦਾ ਮਾਹੌਲ ਬਿਲਕੁਲ ਜੁਡੀਸ਼ਰੀ ਤੋਂ ਡਿਫਰੈਂਟ ਹੈ। ਮੇਰਾ ਕੋਈ ਇਲੈਕਸ਼ਨ ਦਾ ਕੋਈ ਐਮ ਐਲ ਏ ਮਿਨਿਸਟਰ ਬਣਨ ਦਾ ਕੋਈ ਇਰਾਦਾ ਨਹੀਂ ਸੀ, ਨਾ ਮੈਂ ਕਿਸੇ ਤੋਂ ਅੱਜ ਤੱਕ ਟਿਕਟ ਮੰਗੀ। ਭਗਵੰਤ ਮਾਨ ਜੀ ਮੈਨੂੰ ਕਹਿੰਦੇ ਵੀ ਤੁਸੀਂ ਬਠਿੰਡੇ ਤੋਂ ਇਲੈਕਸ਼ਨ ਲੜੇ ਹੋ, ਮੈਂ ਕਿਹਾ ਠੀਕ ਹੈ, ਪਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਦੇਖੋ ਬਠਿੰਡੇ 'ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇਲੈਕਸ਼ਨ ਲੜ ਰਹੇ ਆ, ਹਰ ਜਗ੍ਹਾ ਤੋਂ ਉਹਨੇ ਕੀ ਮੈਨੂੰ ਬਹੁਤ ਜ਼ਿਆਦਾ ਅੱਗੇ ਆਏ ਫਾਈਨੈਂਸ਼ੀਅਲੀ ਵੀ ਪੋਲੀਟੀਕਲੀ ਵਗੈਰਾ ਵੀ, ਤੁਸੀਂ ਦੇਖ ਲਓ। ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ, ਉਹ ਤਾਂ ਮਤਲਬ ਬੜਾ ਫੰਡ ਇਕੱਠਾ ਹੋ ਜਾਂਦਾ ਮਾਹੌਲ ਦੇ ਵਿੱਚ ਜਿੰਨੀ ਗੱਲ ਕਰਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ। ਲੋਕ ਸਭਾ ਦੀਆਂ ਚੋਣਾਂ ਦਾ ਮਾਹੌਲ ਪੂਰੇ ਤਰੀਕੇ ਨਾਲ ਭਖਿਆ ਹੋਇਆ ਹੈ, ਉਹਦੇ ਵਿੱਚ ਜਿੱਥੇ ਵੱਖ ਵੱਖ ਪਾਰਟੀਆਂ ਆਪਣੇ ਆਪਣੇ ਨੁਮਾਇੰਦੇ ਆਪਣੇ ਆਪਣੇ ਕੈਂਡੀਡੇਟਸ ਨੂੰ ਫੀਲਡ ਕਰ ਰਹੀਆਂ ਨੇ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਦੇ ਤੌਰ 'ਤੇ, ਉੱਥੇ ਹੀ ਇੰਡੀਪੈਂਡੈਂਟ ਕੈਂਡੀਡੇਟਸ ਜਿਹੜੇ ਨੇ ਉਹਨਾਂ ਦੀ ਵੀ ਆਪਣੀ ਬਹੁਤ ਹੀ ਅਹਿਮੀਅਤ ਹੁੰਦੀ ਹੈ, ਖਾਸ ਕਰਕੇ ਜੇ ਗੱਲ ਕੀਤੀ ਜਾਵੇ ਤਾਂ। ਜਿੱਤਣਾ ਜਾਂ ਹਾਰਨਾ ਤਾਂ ਬਾਅਦ ਦੀ ਗੱਲ ਹੈ, ਪਰ ਲੜਨਾ ਹੀ ਇੱਕ ਬਹੁਤ ਵੱਡੀ ਕੰਟੈਸਟ ਕਰਨਾ, ਖਾਸ ਕਰਕੇ ਜਦੋਂ ਪੂਰੀ ਦੀ ਪੂਰੀ ਸਿਆਸਤ ਦੀ ਬਿਸਾਤ ਜਿਹੜੀ ਹੈ ਉਹ ਵਿਛੀ ਹੋਈ ਹੋਵੇ, ਉਹਦੇ ਵਿੱਚ ਖੜ੍ਹਨਾ ਔਰ ਮੁੱਦਿਆਂ 'ਤੇ ਖੜ੍ਹਨਾ ਇੱਕ ਵੱਡੀ ਗੱਲ ਹੁੰਦੀ ਹੈ। ਅੱਜ ਅਸੀਂ ਤੁਹਾਡੀ ਜਿਹੜੀ ਮੁਲਾਕਾਤ ਕਰਵਾ ਰਹੇ ਹਾਂ ਉਹ ਇੱਕ ਬਹੁਤ ਹੀ ਅਹਿਮ ਸ਼ਖਸੀਅਤ ਨੇ, ਬਹੁਤ ਹੀ ਮਕਬੂਲ ਨਾਮ ਵੀ ਨੇ, ਜਸਟਿਸ ਜੋਰਾ ਸਿੰਘ। ਤੁਸੀਂ ਸਾਰੇ ਵਾਕਿਫ ਹੋ ਇਸ ਨਾਮ ਤੋਂ, ਆਮ ਆਦਮੀ ਪਾਰਟੀ ਤੋਂ ਪਹਿਲੇ ਉਹ ਜਲੰਧਰ ਤੋਂ ਚੋਣ ਲੜ ਚੁੱਕੇ ਨੇ 2019 ਦੇ ਵਿੱਚ, ਅਤੇ ਹੁਣ ਲੋਕ ਸਭਾ ਦੀ ਤਿਆਰੀ ਕਰ ਰਹੇ ਨੇ, ਖਾਸ ਕਰਕੇ ਫਰੀਦਕੋਟ ਹਲਕੇ ਤੋਂ ਆਜ਼ਾਦ ਉਮੀਦਵਾਰ ਲੜਨ ਦੀ ਤਿਆਰੀ ਕਰ ਰਹੇ ਨੇ, ਅਤੇ ਉਹਨਾਂ ਕੋਲ ਅਸੀਂ ਆਏ ਹਾਂ, ਉਹਨਾਂ ਦੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਨਾਲ, ਅਤੇ ਉਹਨਾਂ ਦੀ ਮਨ ਦੀ ਗੱਲ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ। ਜਿਵੇਂ ਮੈਂ ਕਿਹਾ ਕਿ ਲੋਕ ਸਭਾ ਦਾ ਜਿਹੜਾ ਮਾਹੌਲ ਜਿਹਾ ਭਖਿਆ ਹੋਇਆ, ਅਤੇ ਉਹਦੇ ਵਿੱਚ ਖਾਸ ਤੌਰ 'ਤੇ ਹਰ ਤਰ੍ਹਾਂ ਦੇ ਲੋਕ ਆ ਰਹੇ ਨੇ, ਡਿਫਰੈਂਟ ਪੋਲੀਟੀਸ਼ੀਅਨ। ਤੁਸੀਂ ਪਹਿਲੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ, ਉਹਦੇ ਵਿੱਚ ਇੱਕ ਪੋਲੀਟਿਕਸ ਦਾ ਕੀ ਮਾਹੌਲ ਹੁੰਦਾ, ਇੱਕ ਪਾਰਟੀ ਦੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਉਹ ਤਾਂ ਤੁਸੀਂ ਦੇਖ ਹੀ ਚੁੱਕੇ ਹੋ, ਖਾਸ ਕਰਕੇ ਜਦੋਂ ਇੱਕ ਜੱਜ ਸਾਹਿਬ ਜਿਹੜੇ ਨੇ ਉਹ ਕਿਸੇ ਪਾਰਟੀ ਦੇ ਵਿੱਚ ਜਾਂਦੇ ਆ ਤਾਂ ਉਹ ਵੀ ਦੇਖਦੇ ਆ ਕਿ ਕਿਸ ਤਰੀਕੇ ਦਾ ਰਾਜਨੀਤੀ ਦਾ ਮਾਹੌਲ ਬਿਲਕੁਲ ਜੁਡੀਸ਼ਰੀ ਤੋਂ ਡਿਫਰੈਂਟ ਹੈਗਾ। ਦੇਖੋ ਭੈਣ ਜੀ, ਗੱਲ ਇਹ ਹੈ ਮੈਂ ਕਾਫੀ ਚਿਰ ਸਰਵਿਸ ਕੀਤੀ ਆ ਜੋ ਜੱਜ, ਉਸ ਤੋਂ ਬਾਅਦ ਮੈਂ ਕਮਿਸ਼ਨ ਦੇ ਵਿੱਚ ਕਈ ਕੰਮ ਕੀਤੇ, ਇਨਕੁਆਇਰੀਆਂ ਕੀਤੀਆਂ, ਲੇਕਿਨ ਡਿਊਰਿੰਗ ਦੈਟ ਪੀਰੀਅਡ ਮੈਨੂੰ ਕਈ ਗੱਲਾਂ ਦਾ
ਮਤਲਬ ਪਤਾ ਲੱਗਿਆ ਜਾਂ ਨੌਲੇਜ ਤਾਂ ਪਹਿਲਾਂ ਵੀ ਸੀਗੀ ਐਜ ਜੱਜ, ਲੇਕਿਨ ਜੱਜ ਨੇ ਜੋ ਫੈਸਲਾ ਕਰਨਾ ਐਜ ਪਰ ਫਾਈਲ ਕਰਨਾ ਹੁੰਦਾ ਉਹ ਆਪਣੇ ਵੱਲੋਂ ਕੋਈ ਨਹੀਂ ਲਿਖ ਸਕਦਾ, ਠੀਕ ਨਹੀਂ? ਔਰ ਲੇਕਿਨ ਰਿਟਾਇਰਮੈਂਟ ਤੋਂ ਬਾਅਦ ਆਮ ਲੋਕ ਜਿਨ੍ਹਾਂ ਦੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਸੀਗੀ ਉਹਨਾਂ ਦੇ ਲਈ ਵੀ ਉਹਨਾਂ ਦਾ ਕਿਸ ਤਰ੍ਹਾਂ ਨਾ ਕਿ ਉਹਨਾਂ ਦੇ ਜਿਹੜੇ ਪ੍ਰੋਬਲਮਸ ਆਇਆ ਉਹਨੂੰ ਕਿਵੇਂ ਸੋਲਵ ਕੀਤਾ ਜਾਵੇ ਜਾਂ ਕਿਵੇਂ ਉਹਨਾਂ ਦੇ ਅੱਗੇ ਕੋਈ ਆਦਮੀ ਆਵੇ ਤਾਂ ਕਿ ਉਹਨਾਂ ਦੀ ਪ੍ਰੋਬਲਮ ਨੂੰ ਹਾਈਲਾਈਟ ਕੀਤਾ ਜਾਵੇ, ਉਹਨਾਂ ਗੱਲਾਂ ਨੂੰ ਦੇਖ ਕੇ ਫਿਰ ਮੈਂ ਪਾਰਟੀ ਜੁਆਇਨ ਕੀਤੀ, ਆਮ ਆਦਮੀ ਪਾਰਟੀ ਜੁਆਇਨ ਕੀਤੀ। ਅਦਰਵਾਈਜ਼ ਮੇਰਾ ਕੋਈ ਇਲੈਕਸ਼ਨ ਦਾ ਕੋਈ MLA ਮਿਨਿਸਟਰ ਬਣਨ ਦਾ ਕੋਈ ਇਰਾਦਾ ਨਹੀਂ ਸੀ, ਨਾ ਮੈਂ ਕਿਸੇ ਤੋਂ ਅੱਜ ਤੱਕ ਟਿਕਟ ਮੰਗੀ ਆ, ਨਾ MLA ਦੀ, ਨਾ MP ਦੀ, ਨਾ ਹੋਰ ਕਿਸੇ ਪੋਸਟ ਬਾਰੇ ਕਿਹਾ। ਮੈਨੂੰ ਬਤੌਰ MP ਦੀ ਇਲੈਕਸ਼ਨ 19 ਦੇ ਵਿੱਚ ਲੜਾਇਆ, ਮੈਂ ਉਸ ਵਕਤ ਵੀ ਨਹੀਂ ਤਿਆਰ ਸੀਗਾ ਕਿਉਂਕਿ 2 ਮਹੀਨੇ ਪਹਿਲਾਂ ਮੈਂ ਪਾਰਟੀ December 2018 ਵਿੱਚ ਪਾਰਟੀ ਜੁਆਇਨ ਕੀਤੀ ਅਤੇ 19 ਦੀ ਬਿਗਨ ਦੇ ਵਿੱਚ ਇਹ ਇਲੈਕਸ਼ਨ ਹੁੰਦੀ ਆ MP ਦੀ, ਅਤੇ ਆਪਣੇ ਜੋ ਕਨਵੀਨਰ ਆਮ ਆਦਮੀ ਪਾਰਟੀ ਦੇ ਭਗਵੰਤ ਆਪਣੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਉਹਨਾਂ ਨੇ ਕਿਹਾ ਜੀ ਤੁਸੀਂ ਜ਼ਰੂਰ ਇਲੈਕਸ਼ਨ ਲੜੋ। ਮੈਂ ਉਹਨਾਂ ਨੂੰ ਇਹੀ ਗੱਲ ਕਹੀ ਵੀ ਮੇਰਾ ਕੋਈ ਤਜਰਬਾ ਨਹੀਂ, ਨਾ ਫਾਈਨੈਂਸ਼ਲੀ ਮੈਂ ਕਸਾਉਣ ਵਾਲਾ ਹੈਗਾ ਅਤੇ ਪੋਲੀਟਿਕਸ ਵਿੱਚ ਵੀ ਕੋਈ ਨਹੀਂ ਆ, ਅਤੇ ਇਸ ਕਰਕੇ ਨਹੀਂ। ਕਹਿੰਦੇ ਨਹੀਂ 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 ਮੈਂ ਚਲੋ ਠੀਕ ਆ, ਮੈਂ ਪਾਰਟੀ ਜੁਆਇਨ ਕੀਤੀ ਹੈ ਪਬਲਿਕ ਦੇ ਬੈਨੀਫਿਟ ਵਾਸਤੇ, ਪਬਲਿਕ ਦੀਆਂ ਜੋ ਪ੍ਰੋਬਲਮ ਹੈਗੀਆਂ ਉਹਨਾਂ ਨੂੰ ਹਾਈਲਾਈਟ ਕਰਨ ਵਾਸਤੇ ਮੈਂ ਪੋਲੀਟਿਕਸ ਆਇਆ ਗਾ, ਅਤੇ ਪਾਰਟੀ ਨੂੰ ਜਿੱਥੇ ਵੀ ਠੀਕ ਲੱਗਦਾ ਵੀ ਇਹ ਸਾਡੀ ਪਾਰਟੀ ਲਈ ਫਾਇਦੇਮੰਦ ਹੈ ਉੱਥੇ ਚੋਣ ਲੜਨ ਵਾਸਤੇ ਤਿਆਰ ਹਾਂ, ਮੇਰੀ ਕੋਈ ਚੋਇਸ ਨਹੀਂ। ਭਗਵੰਤ ਮਾਨ ਜੀ ਮੈਨੂੰ ਕਹਿੰਦੇ ਵੀ ਤੁਸੀਂ ਬਠਿੰਡੇ ਤੋਂ ਇਲੈਕਸ਼ਨ ਲੜਿਓ, ਮੈਂ ਕਿਹਾ ਠੀਕ ਹੈ। ਪਰ ਮੈਂ ਉਹਨਾਂ ਨੂੰ ਇਹ ਗੱਲ ਕਹੀ, ਮੈਂ ਕਿਹਾ ਦੇਖੋ ਬਠਿੰਡੇ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇਲੈਕਸ਼ਨ ਲੜ ਰਹੇ ਆ, ਉਹ ਹਰ ਜਗ੍ਹਾ ਤੋਂ ਉਹਨੇ ਕੀ ਮੇਰੇ ਨੂੰ ਬਹੁਤ ਜ਼ਿਆਦਾ ਅੱਗੇ ਹੈਗਾ, ਫਾਈਨੈਂਸ਼ੀਅਲੀ ਵੀ, ਪੋਲੀਟੀਕਲੀ ਵੀ ਆ ਗਿਆ, ਤੁਸੀਂ ਦੇਖ ਲਓ। ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ, ਉੱਥੇ ਸਭ ਮਤਲਬ ਬੜਾ ਫੰਡ ਫੁੰਡ ਇਕੱਠਾ ਹੋ ਜਾਂਦਾ ਮਖੌਲ ਦੇ ਵਿੱਚ, ਜਿੰਨੀ ਗੱਲ ਕੀਤੀ ਉਹਦਾ ਅੰਡਰਸਟੈਂਡ ਤੁਸੀਂ ਕਰਦੇ ਹੀ ਹੈ। ਮੈਂ ਚਲੋ ਫਿਰ ਥੋੜ੍ਹੇ ਚਿਰ ਬਾਅਦ ਮੈਨੂੰ ਕਹੀ ਨਹੀਂ ਜੀ ਫਲਾਣੀ ਜਗ੍ਹਾ ਤੋਂ, ਮੈਂ 'ਚ ਕੋਈ ਗੱਲ ਨਹੀਂ, ਜਿੱਥੇ ਵੀ ਮੈਂ ਤਾਂ ਕੋਈ ਚੋਇਸ ਨਹੀਂ ਗਈ। ਫਿਰ ਅਲਟੀਮੇਟਲੀ ਮੈਨੂੰ ਕਹਿੰਦੇ ਜੀ ਜਲੰਧਰ ਤੋਂ, ਮੈਂ ਓਕੇ ਨਹੀਂ ਕੋਈ ਪ੍ਰੋਬਲਮ ਨਹੀਂ ਜਲੰਧਰ ਤੋਂ ਇਲੈਕਸ਼ਨ ਲੜਨਾ। ਚਲੋ ਇਲੈਕਸ਼ਨ ਲੜੀ, ਮੋਗੀ ਗੱਲ। ਉਸ ਤੋਂ ਬਾਅਦ ਜਿਹੜਾ ਹੁਣ ਮੇਰਾ ਕਿਉਂ ਮਤਲਬ ਮੈਂ ਮਾਇੰਡ ਬਣਾਇਆ, ਜਦੋਂ 19 ਦੀ ਇਲੈਕਸ਼ਨ ਹੋਈ ਨਾ, ਉਸ ਤੋਂ ਪਹਿਲਾਂ ਕੈਂਡੀਡੇਟ ਸਿਲੈਕਟ ਕਰਦੀ, ਹਰ ਇੱਕ ਪਾਰਟੀ ਸਿਲੈਕਟ ਕਰਦੀ ਹੈ। ਸਿਲੈਕਸ਼ਨ ਵਕਤ ਦਿੱਲੀ ਅਸੀਂ ਸਾਰੇ ਬੈਠੇ ਸੀਗੇ, ਉੱਥੇ ਜਿੰਨੇ ਵੀ ਮਿਨਿਸਟਰ ਹੁਣ 2-3 ਜਿਹੜੇ ਅੰਦਰ ਜੇਲ੍ਹ 'ਚ ਵੀ ਆ ਦਿੱਲੀ ਵਾਲੇ, ਅਰਵਿੰਦ ਜੀ ਵੀ ਉੱਥੇ ਸੀਗੇ, ਸਰ ਭਗਵੰਤ ਸਿੰਘ ਮਾਨ ਵੀ ਉੱਥੇ ਸੀ, ਹੋਰ ਵੀ ਕਈ ਕਿਸੇ ਨੂੰ ਮੈਂ ਜਾਣਦਾ ਨਹੀਂ ਸੀ ਉਸ ਟਾਈਮ 'ਤੇ, ਉਹ ਬੈਠੇ ਸੀ। ਕਹਿੰਦੇ ਜੀ ਵੀ ਇਸ ਤਰ੍ਹਾਂ ਹੈ ਇਲੈਕਸ਼ਨ ਲੜਨੀ ਹਨ, ਅਤੇ 1-1 ਕਰੋੜ ਰੁਪਈਆ ਨਾ ਕੀ ਪਾਰਟੀ ਫੰਡ। ਜਦੋਂ ਮੈਂ ਇਹ ਗੱਲ ਸੁਣੀ ਮੈਂ ਇੱਕਦਮ ਹੀ ਇਸ ਤਰ੍ਹਾਂ ਹੋਇਆ, ਹਰ ਇੱਕ ਨੂੰ ਪੁੱਛਿਆ ਇਹਨਾਂ ਨੇ, ਮੈਂ ਕਿਹਾ ਜੀ ਦੇਖੋ ਜੀ ਮੈਂ ਇਹਨਾਂ ਕੀ ਸੋਚ ਕੇ ਦੱਸਾਂਗਾ। ਫਿਰ ਉਸ ਤੋਂ ਬਾਅਦ ਇੱਕ ਕਮਰਾ ਹੋਰ ਹੈ, ਉਹਦੇ ਵਿੱਚ ਜੋ ਆਪਣੇ ਮਿਸਟਰ ਪਾਠਕ ਸੀਗੇ ਉਹ ਸਰਦਾਰ ਭਗਵੰਤ ਸਿੰਘ ਮਾਨ ਦੋਨੇ ਜਣੇ ਮੈਨੂੰ ਉੱਥੇ ਐਲਮੇਨਾ ਕੀਤੀ ਵੀ ਪਹਿਲਾਂ ਜਦੋਂ ਨਾ ਕਿ ਅਨਾਊਂਸਮੈਂਟ ਦੇ ਮਤਲਬ ਸਾਰੇ ਕੈਂਡੀਡੇਟ ਨਾਲ ਮੀਟਿੰਗ ਹੋ ਰਹੀ ਸੀ, ਉਸ ਟਾਈਮ 'ਤੇ ਇਹ ਕਿਹਾ ਗਿਆ ਵੀ ਅਸੀਂ ਇੱਕ ਕੰਪਨੀ ਨੇ ਕੀ ਹਾਇਰ ਕੀਤੀ ਆ, ਜਿਹੜੀ ਕੰਪਨੀ ਨੇ ਦਿੱਲੀ ਦੇ ਵਿੱਚ ਸਰਵੇ ਕੀਤਾ 5-5, 6-6 ਵਾਰ, ਦਿੱਲੀ ਦੀਆਂ ਸਾਰੀਆਂ ਸੀਟਾਂ 'ਤੇ ਆਪਣੀ ਆਮ ਆਦਮੀ ਪਾਰਟੀ ਜਿੱਤ ਰਹੀ ਆ, ਆਪਾਂ ਕੰਪਨੀ ਹਾਇਰ ਕੀਤੀ ਹੋਈ ਆ,
ਅਤੇ ਕੋਈ ਹੋਰ ਪਾਰਟੀ ਨਾਲ ਉਹਨੂੰ ਦੁਬਾਰਾ ਲੱਗੀ ਹੋਰ ਕਰ ਲਏ ਇੰਗੇਜ ਵੀ ਤੁਸੀਂ ਜਲਦੀ ਤੋਂ ਜਲਦੀ ਅਰੇਂਜ ਕਰੋ ਸਰਵੇ ਵਾਸਤੇ। ਹਾਂ ਸਰਵੇ ਕਿਵੇਂ ਕਰਨਾ ਹੈਗਾ? ਕਹਿੰਦੇ ਜੀ ਇੱਕ ਚਿੱਠੀਆਂ ਪਾਵਾਂਗੇ ਅਤੇ ਇੱਕ ਟੈਲੀਫੋਨ ਕਰਾਂਗੇ ਪਬਲਿਕ ਲੋਕਾਂ ਨੂੰ। ਮੈਂ ਤਾਂ ਵੀ ਦੇਖੋ ਮੈਂ ਹਾਲੇ ਸੋਚ ਕੇ ਦੱਸਾਂਗਾ। ਉਸ ਤੋਂ ਬਾਅਦ ਫਿਰ ਮਾਨ ਸਾਹਿਬ ਦੀ ਰੈਜੀਡੈਂਸੀ ਇੱਥੇ ਮੋਹਾਲੀ ਦੇ ਵਿੱਚ, ਉੱਥੇ ਮਿਲੇ, ਕਹਿੰਦੇ ਕੁਝ ਤਾਂ ਕਰੋ। ਮੈਂ ਕਿਹਾ ਦੇਖੋ ਮੈਂ ਤਾਂ ਨਹੀਂ ਕਰ ਸਕਦਾ, ਬਾਕੀ ਕੈਂਡੀਡੇਟ ਕੈਂਡੀਡੇਟ ਬਾਰੇ ਵੀ ਮੈਂ ਕਿਹਾ ਕਹਿੰਦਾ ਮੈਂ ਆਪਣੇ ਵੱਲੋਂ ਨਹੀਂ ਪੇਮੈਂਟ ਕੋਈ ਕਰਨੀ ਜੀ। ਉਸ ਟਾਈਮ ਮੈਨੂੰ ਥੋੜ੍ਹਾ ਜਿਹਾ ਇਹ ਹੋਇਆ ਵੀ ਦੇਖੋ ਪਾਰਟੀ ਕਿਵੇਂ ਫੋਰਮ ਹੋਈ, ਕਰਪਸ਼ਨ ਜਿਹੜੀ ਆ ਦੇ ਪੁਆਇੰਟ 'ਤੇ, ਹਾਂ ਅਤੇ ਇਹ ਹੁਣ ਕਿਸ ਬਹਾਨੇ ਨਾਲ ਲੈ ਕੇ 1 ਕਰੋੜ ਰੁਪਈਆ ਪਾਰਟੀ ਮੰਗ ਰਹੀ ਹੈ? ਬਿਲਕੁਲ ਸਿੱਧਾ ਸਿੱਧਾ ਜਿਹੜੀ ਮੇਨ ਲੀਡਰਸ਼ਿਪ ਹੈਗੀ ਹੈ ਉਹਦੇ 'ਤੇ ਗੱਲ ਕਰ ਰਹੇ ਹੋ, ਔਰ ਇਸ ਟਾਈਮ ਉਹ ਚੀਫ ਮਿਨਿਸਟਰ ਵੀ ਨੇ ਪੰਜਾਬ ਦੇ। ਇਸ ਤਰ੍ਹਾਂ ਦੀਆਂ ਮਤਲਬ ਹੋਈ ਪਾਰਟੀ ਫੰਡ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਗਈ ਤਾਂ ਇਹ ਕੁਛ ਡਿਫਰੈਂਟ ਜਿਹਾ ਅਜੀਬ ਜਿਹਾ ਨਹੀਂ ਲੱਗਦਾ? ਕਿਉਂਕਿ ਹਮੇਸ਼ਾ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤਾਂ ਅਸੀਂ ਕਹਿ ਰਹੀਏ ਕਿ ਅਸੀਂ ਪੂਰੇ ਤਰੀਕੇ ਦੇ ਨਾਲ ਕਰਪਸ਼ਨ ਫਰੀ ਸੁਸਾਇਟੀ ਬਣਾਉਣੀ ਹੈ, ਔਰ ਜਿੱਥੇ ਵੀ ਕਰਪਸ਼ਨ ਹੋ ਰਹੀ ਹੈ ਉਹਨਾਂ ਨੂੰ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਅੰਦਰ ਵੀ ਦਿੱਤਾ ਜਾ ਰਿਹਾ। ਦੇਖੋ ਮੈਂ ਇਹੀ ਆ ਰਹੇ ਸੀ ਗੱਲ 'ਤੇ, ਮੈਨੂੰ ਕੋਈ ਮਤਲਬ ਜੋ ਰਿਐਲਿਟੀ ਮੈਂ ਉਹੀ ਗੱਲ ਕਹਿ ਰਿਹਾ ਹੈਗਾ। ਫਿਰ ਇੱਕ ਜਦੋਂ ਮੈਂ ਜੁਆਇਨ ਕੀਤੀ ਉਸ ਟਾਈਮ 'ਤੇ ਮੈਂ ਇਹ ਗੱਲ ਕਹੀ ਸੀ ਵੀ ਜਿਹੜੀ ਮੇਰੀ ਰਿਪੋਰਟ ਆ ਪਬਲਿਕ ਕੀਤੀ ਜਾਵੇ ਬਾਈਬਲ ਕਲੱਬ ਕੋਟਕਪੂਰ ਦੀ। ਪਾਰਟੀ ਕਹਿੰਦੀ ਠੀਕ ਆ ਪਬਲਿਕ ਹੋਏਗੀ। ਕੁਮਰ ਵਿਜੇ ਪ੍ਰਤਾਪ ਵੀ ਜਦੋਂ ਜੁਆਇਨ ਕੀਤਾ ਉਹਨੇ ਵੀ ਇਹੀ ਗੱਲ ਕਹੀ ਵੀ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਅਤੇ ਮੇਰੀ ਰਿਪੋਰਟ ਆ ਉਹਨੂੰ ਪਬਲਿਕ ਕਰੋ। ਫਿਰ ਮੈਂ ਪਾਰਟੀ ਨੂੰ ਕਈ ਵਾਰੀ ਟੈਲੀਫੋਨ 'ਤੇ ਵੀ ਗੱਲ ਕੀਤੀ, ਇਨ ਰਾਈਟਿੰਗ ਵੀ ਲਿਖ ਕੇ ਵਟਸਐਪ 'ਤੇ ਮੈਸੇਜ ਭੇਜਿਆ, ਚਿੱਠੀ ਲਿਖ ਕੇ ਭੇਜਿਆ। ਮੈਂ ਕਿਹਾ ਵੀ ਦੇਖੋ ਪਿੱਛੇ ਜੇ ਜਥੇਦਾਰ ਕੌਂਕਾ ਜੀ ਦਾ ਮਰਡਰ ਹੋਇਆ ਸੀ 30 ਈਅਰ ਬੈਕ, ਉਹਨਾਂ ਦੀ ਰਿਪੋਰਟ ਹੁਣ ਕਿੱਥੇ ਆਊਟ ਹੋਈ ਆ, ਉਹਦੇ ਵਿੱਚ ਕਿੰਨਿਆਂ ਦੀ ਇਨਵੋਲਵਮੈਂਟ ਹੋਈ ਆ ਕੀ ਨਹੀਂ, ਪਰ ਉਹ ਹੁਣ ਉਹ ਕਿੱਥੇ ਆਦਮੀ ਗੌਰਨੋਜ ਕਿੱਧਰ ਹੈਗੇ? ਵੀ ਮੇਰੀ ਰਿਪੋਰਟ ਜਦੋਂ 15 ਦੇ ਵਿੱਚ ਵਾਕਿਆ ਹੋਇਆ ਸੀ ਕੋਟਕਪੁਰਾ ਬਾਈਬਲ ਕਲੱਬ ਦਾ, ਬੇਅਦਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਸੀ ਜੂਨ 15 ਦੇ ਵਿੱਚ ਵਾਕਿਆ ਹੋਇਆ ਗਿਆ, ਅਤੇ ਫਾਇਰਿੰਗ ਵੀ ਅਕਤੂਬਰ 'ਚ ਹੋਈ ਹੈ, ਹਾਂ ਸ਼ਹੀਦ ਹੋਏ ਸੀ ਬਾਈਬਲ ਕਲੱਬ ਕੋਟਕਪੁਰਾ ਵੀ ਇੱਕ ਇੰਜਰਡ ਹੋਇਆ ਗਿਆ, ਅਤੇ ਰਿਪੋਰਟ ਮੈਂ ਜੂਨ 16 'ਚ ਦਿੱਤੀ ਹੈ। ਮੈਂ ਕੋਈ ਬੜਾ ਲੰਮਾ ਚੌੜਾ ਨਹੀਂ ਦਿੱਤਾ, ਮੈਨੂੰ ਇਨੀਸ਼ਲੀ 3 ਮਹੀਨੇ ਦਾ ਟਾਈਮ ਦਿੱਤਾ ਸੀਗਾ, ਲੇਕਿਨ 3 ਮਹੀਨੇ ਦੇ ਵਿੱਚ ਗੌਰਮੈਂਟ ਨੇ ਮੈਨੂੰ ਜੋ ਡਾਕੂਮੈਂਟ ਮੇਰੀ ਰਿਕੁਆਇਰਮੈਂਟ ਸੀ ਜੋ ਮੈਂ ਮੰਗੇ ਸੀਗੇ ਉਹ ਵੀ ਨਹੀਂ ਦਿੱਤੇ ਗਏ। ਇੱਕ ਸਵਾਲ ਬਹੁਤ, ਸੋਰੀ ਮੈਂ ਤੁਹਾਡੀ ਗੱਲ ਨੂੰ ਕੱਟ ਰਹੀ ਹਾਂ, ਪਰ ਇੱਥੇ ਇੱਕ ਸਵਾਲ ਬਹੁਤ ਜ਼ਿਆਦਾ ਅਹਿਮ ਹੋ ਜਾਂਦਾ ਹੈ। ਉਸ ਟਾਈਮ ਜਿਹੜੀ ਹੈ ਅਕਾਲੀ ਦਲ ਦੀ ਜਿਸ ਤਰੀਕੇ ਦੇ ਨਾਲ ਸਰਕਾਰ ਸੀਗੀ, ਔਰ ਇਹ ਬਾਰ ਬਾਰ ਗੱਲਾਂ ਆ ਰਹੀਆਂ ਨੇ ਕਿ ਉਸ ਟਾਈਮ ਅਕਾਲੀ ਦਲ ਦੀ ਸਰਕਾਰ ਦੇ, ਇਸ ਟਾਈਮ ਨਹੀਂ ਉਹ CM ਰਹੇ ਜਿਹੜੇ ਸਾਬਕਾ CM ਸੀਗੇ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਜੀ, ਉਹਨਾਂ ਦੇ ਕੋਲ ਰਿਪੋਰਟ ਲੈ ਕੇ ਗਏ ਸੀ ਤੁਸੀਂ ਔਰ ਪਕੜੀ ਨਹੀਂ ਸੀ ਗਈ, ਉੱਥੇ ਉਹਨਾਂ ਦੇ ਦਫ਼ਤਰ ਦੇ ਵਿੱਚ ਕਿਸੇ ਨੇ ਫੜੀ ਨਹੀਂ ਸੀ। ਇਹ ਗੱਲਾਂ ਬਹੁਤ ਆਮ ਹੋਈਆਂ ਔਰ ਖਬਰਾਂ ਵੀ ਛਪੀਆਂ ਬਹੁਤ ਜ਼ਿਆਦਾ। ਉਹ ਵਾਕਿਆ ਕੀ ਸੀਗਾ ਔਰ ਜਿਹੜੀ ਰਿਪੋਰਟ ਸੀਗੀ ਤੁਹਾਡੀ ਉਹਦੇ ਵਿੱਚ ਕੋਈ ਐਸਾ ਇਸ਼ਾਰਾ ਸੀ ਜਿਹੜੀ ਕਿ ਉਸ ਟਾਈਮ ਦੀ ਅਕਾਲੀ ਗਵਰਨਮੈਂਟ ਨੂੰ ਇਹ ਲੱਗਦਾ ਸੀ ਕਿ ਜੇ ਕਿਤੇ ਇਹ ਰਿਪੋਰਟ ਖੁੱਲ੍ਹ ਗਈ ਤਾਂ ਬਹੁਤ ਕੁਝ ਖੁੱਲ੍ਹ ਜਾਏਗਾ? ਮੈਂ ਇਹਦਾ ਜਵਾਬ ਦਿੰਦਾ ਗਿਆ, ਹੁਣ ਮੈਂ ਪਹਿਲੀ ਗੱਲ ਕੰਪਲੀਟ ਕਰ ਲਾਂ। ਉਹਦਾ ਕਾਰਨ ਕੀ ਸੀ? ਜਦੋਂ ਮੈਂ ਕਿਹਾ ਜਿਹੜੀ ਪ੍ਰੈਂਟ ਗੌਰਮੈਂਟ ਹੈ
ਇਹਨਾਂ ਨੂੰ ਮੈਂ ਆਪਣੀ ਰਿਪੋਰਟ ਬਾਰੇ ਜਿਹੜੀ ਗੱਲ ਕਿਹਾ ਵੀ ਪਬਲਿਕ ਕਰੋ। 15-16 ਦੇ ਵਿੱਚ ਆਮ ਆਦਮੀ ਪਾਰਟੀ ਪਾਵਰ 'ਚ ਨਹੀਂ ਸੀਗੀ, ਦੇ ਆਰ ਨਾਟ ਐਟ ਫਾਲਟ। ਇਸ ਪਾਰਟੀ ਨੂੰ ਪਬਲਿਕ ਕਰਨ ਦੇ ਵਿੱਚ ਕੀ ਹਿੱਚੇ ਗਈ ਹੈ? ਉਸ ਟਾਈਮ ਅਕਾਲੀ ਗੌਰਮੈਂਟ ਸੀ ਜਦੋਂ ਵਾਕਿਆ ਹੋਇਆ, ਅਕਾਲੀ ਗੌਰਮੈਂਟ ਨੇ ਸਫ਼ਰ ਕੀਤਾ, ਉਦੋਂ ਬਾਅਦ ਕਾਂਗਰਸ ਗੌਰਮੈਂਟ ਆਈ। ਕਾਂਗਰਸ ਗੌਰਮੈਂਟ ਨੇ ਆਪਣਾ ਨਵਾਂ ਕਮਿਸ਼ਨ ਬਿਠਾਇਆ, SIT ਕਿੰਨੀਆਂ ਸੀਟਾਂ ਬਣੀਆਂ, ਲੇਕਿਨ ਉਹਨਾਂ ਨੇ ਆਪਣਾ ਟਾਈਮ ਪਾਸ ਕਰ ਲਿਆ। ਲੇਕਿਨ ਆਮ ਆਦਮੀ ਪਾਰਟੀ ਨੂੰ ਕੀ ਹਿੱਚ ਹੈਗੀ ਆ ਵੀ ਰਿਪੋਰਟ ਆਊਟ ਨਾ ਕਰਨ? ਮੈਂ ਇਹੀ ਇਹਨਾਂ ਨੂੰ ਕਹਿ ਰਿਹਾ ਸੀ ਵੀ ਇਹਨਾਂ ਨੂੰ ਪਬਲਿਕ ਕਰਨ 'ਚ ਆਪਾਂ ਨੂੰ ਕੀ ਇਤਰਾਜ਼ ਹੈਗਾ, ਜਦੋਂ ਆਪਣਾ ਤਾਂ ਫਾਲਟ ਹੀ ਨਹੀਂ ਕਿਉਂ ਨਹੀਂ ਹੈ। ਪਰ ਇਹਦੇ ਵਿੱਚ ਵੀ ਦੇਰ ਮਸਟ ਵੀ ਸਮਥਿੰਗ, ਕਿਉਂ ਨਹੀਂ ਪਬਲਿਕ ਕਰ ਰਹੇ? ਇਹਨਾਂ ਦਾ ਵੀ ਫਾਲਟ ਹੋਏਗਾ, ਵੱਡੇ ਲੀਡਰਾਂ ਦਾ। ਤੁਸੀਂ ਇਹ ਕਰੋ CM ਸਾਹਿਬ ਨੂੰ ਨਾ ਕਿ ਕੁਐਸਚਨ ਕਰਿਓ ਵੀ ਅਕਾਲ ਤਖ਼ਤ ਦੇ ਉੱਤੇ ਮੈਨੂੰ ਟਾਈਮ ਲੈਣ, ਮੈਂ ਰਿਪੋਰਟ ਜਾ ਕੇ ਉੱਥੇ ਪੇਸ਼ ਕਰ ਦਾਂਗਾ। ਉਹਦੇ 'ਚ ਕੁਝ ਡਾਕੂਮੈਂਟ ਮੈਂ ਕਹਿ ਦਾਂਗੇ ਵੀ ਆਹ ਡਾਕੂਮੈਂਟ ਇਹ ਦਿਖਾਉਣ, ਗੌਰਮੈਂਟ ਦਿਖਾ ਦੇ। ਰਿਕਾਰਡ ਤਾਂ ਗੌਰਮੈਂਟ ਕੋਲ ਆ ਨਾ, ਅਤੇ ਜਥੇਦਾਰ ਸਾਹਿਬ ਆਪਣੇ ਨੇ ਕਿ ਉਹਨੂੰ ਪੜ੍ਹ ਕੇ ਸੁਣਾਉਣਗੇ ਪਬਲਿਕ ਨੂੰ ਵੀ ਇਹਦੇ 'ਚ ਕੀ ਲਿਖਿਆ ਹੈਗਾ, ਇਹਦੇ 'ਚ ਕੀ ਇਤਰਾਜ਼ ਹੈਗਾ। ਰਿਪੋਰਟ ਪਬਲਿਕ ਹੋਣ ਦੇ ਵਿੱਚ ਮੈਨੂੰ ਕੀ ਬੈਨੀਫਿਟ ਆ? ਤੁਸੀਂ ਹੁਣ ਪੱਤਰਕਾਰ ਹੋ, ਤੁਸੀਂ ਪਬਲਿਕ ਨੂੰ ਪੁੱਛੋ ਵੀ ਰਿਪੋਰਟ ਜੇ ਪਬਲਿਕ ਹੁੰਦੀ ਆ ਤਾਂ ਜੱਜ ਸਾਹਿਬ ਨੂੰ ਕੀ ਉਹਦਾ ਬੈਨੀਫਿਟ ਆ? ਕੀ ਬੈਨੀਫਿਟ? ਦੂਸਰਾ, ਮੈਂ ਐਜ਼ ਪ੍ਰੈਜੀਡੈਂਟ ਲੀਗਲ ਵਿੰਗ 2 ਸਾਲ ਕੰਮ ਕੀਤਾ। ਸਾਡੇ ਕੋਲ ਇਨੀਸ਼ਲੀ ਵੈਨ ਆਈ ਵਾਜ ਅਪੁਆਇੰਟਡ, ਉਸ ਟਾਈਮ 'ਤੇ 20-25 ਵਕੀਲ ਸੀ। ਉਹ ਵਕੀਲ ਵੀ ਪਾਰਟੀ ਨੂੰ ਮਤਲਬ ਮਾੜਾ ਚੰਗਾ ਬੋਲ ਰਹੇ ਸੀ ਕਿ ਪਾਰਟੀ ਨੇ ਐਂ ਕੀਤਾ, ਸਾਡੇ ਨਾਲ ਐਂ ਕੀਤਾ, ਜੀ ਸੁਣਵਾਈ ਕੋਈ ਨਹੀਂ। ਚਲੋ ਮੈਂ ਉਹਨਾਂ ਨੂੰ ਸਮਝਾਇਆ ਸੀ, ਮੇਰੇ ਨਾਲ ਕਸ਼ਮੀਰ ਸਿੰਘ ਮੱਲੀ ਵੀ ਹੁੰਦੇ ਸੀਗੇ, ਦੂਜੇ ਜਿਹੜੇ ਅਫਸਰ ਉਹ ਵੀ ਸੀ। ਕਦੇ ਅਸੀਂ 2 ਗਏ, ਕਦੇ 4 ਗਏ, ਅਸੀਂ ਇਕੱਠੇ ਹੋ ਕੇ ਸਾਰੇ ਡਿਸਟ੍ਰਿਕਟ ਥਰੂਡ ਪੰਜਾਬ ਅਸੀਂ ਘੁੰਮੇ, ਅਤੇ ਨੀਅਰ ਅਬਾਊਟ 3,000 ਦੇ ਵਕੀਲ ਅਸੀਂ ਪਾਰਟੀ ਨਾਲ ਅਟੈਚ ਕਰਾਏ। ਮੈਂ ਇਹਨਾਂ ਨੂੰ ਵਾਰ ਵਾਰ ਕਿਹਾ ਸੀ, ਕਹਿ ਰਿਹਾ ਸੀ, ਮੈਂ CM ਸਾਹਿਬ ਨੂੰ ਵੀ ਮਿਲ ਕੇ ਕਿਹਾ ਵੀ ਪਾਰਟੀ ਦੇ ਜਿਹੜੇ ਵਕੀਲ ਹੈਗੇ ਆ, ਕੇਸ ਚੱਲਦੇ ਆ, ਉਹ ਵੀ ਵਕੀਲਾਂ ਨੇ ਡਿਫੈਂਡ ਕਰਨੇ ਆ। ਅਤੇ ਜੇ ਤੁਹਾਡਾ ਵਿਊ ਵਕੀਲਾਂ ਬਾਰੇ ਇਹ ਆ ਵੀ ਇਹ ਤਾਂ ਜੀ ਇਹਨਾਂ ਦਾ ਕੰਮ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਜੇ ਸਰਕਾਰ ਆਈ ਹੈ ਉਹਨਾਂ ਨੂੰ ਕੀ ਹਰਜ਼ ਹੋ ਸਕਦਾ, ਕਿਉਂ ਗੁਰੇਜ਼ ਕਰ ਰਹੇ ਨੇ ਉਹ ਵਾਰ ਵਾਰ ਇਸ ਪਰਟੀਕੁਲਰ? ਤੁਹਾਡੀ ਜਿਹੜੀ ਰਿਪੋਰਟ ਸੀ ਬਹਿਬਲ ਕਲਾਂ 'ਤੇ ਜਿਹੜੀ ਪੂਰੇ ਤਰੀਕੇ ਦੇ ਨਾਲ ਤੁਸੀਂ ਉਹ ਕੀਤੀ ਸੀਗੀ, ਉਸ ਨੂੰ ਨਸ਼ਰ ਕਰਨ ਦੇ ਵਿੱਚ, ਪਬਲਿਕ ਵਿਊ ਦੇ ਵਿੱਚ ਲਿਆਉਣ ਦੇ ਵਿੱਚ, ਉੱਥੇ ਤੁਸੀਂ ਆਪਣੀ ਇੱਕ ਗੱਲ ਰੱਖੀ, ਪਰ ਲਗਾਤਾਰ ਉਹਨਾਂ ਦੇ ਆਪਣੇ ਵਿਧਾਇਕ ਨੇ ਜਿਹੜੇ ਉਹ ਵੀ ਆਵਾਜ਼ ਬੁਲੰਦ ਕਰ ਰਹੇ ਨੇ, ਖਾਸ ਕਰਕੇ ਜਿਹੜੇ ਕਿ IPS ਆਫਿਸਰ ਰਹਿ ਚੁੱਕੇ, ਉਹ ਵੀ ਪਾਰਟੀ ਜੁਆਇਨ ਕਰਨ ਤੋਂ ਪਹਿਲੇ ਇੱਕ ਬਹੁਤ ਵੱਡੇ ਅਧਿਕਾਰੀ ਸੀ ਅਤੇ ਉਸ ਸਿੱਟ ਦੇ ਮੇਨ ਮੈਂਬਰ ਸੀਗੇ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਵੀ ਕੀਤੀ ਉਸ ਸਾਰੇ ਦੇ ਸਾਰੇ ਐਪੀਸੋਡ ਦੀ, ਉਹ ਜੋ ਵੀ ਕੁਛ ਹੋਇਆ ਉੱਥੇ, ਖਾਸ ਕਰਕੇ ਗੋਲੀਕਾਂਡ ਦੀ ਉਹਨਾਂ ਨੇ ਕੀਤੀ, ਉਹ ਵੀ ਬਿਲਕੁਲ ਪੂਰੇ ਤਰੀਕੇ ਦੇ ਨਾਲ ਇਸ ਟਾਈਮ ਆਪਣੀ ਪਾਰਟੀ ਤੋਂ ਵੱਖ ਹੋ ਕੇ ਗੱਲ ਕਰ ਰਹੇ ਨੇ। ਵਾਰ ਵਾਰ ਉਹ ਕੁੰਡਾ ਦਰਵਾਜ਼ਾ ਖੜਕਾਉਂਦੇ ਨੇ ਆਪਣੀ ਪਾਰਟੀ ਦਾ ਕਿ ਉਸ ਪਰਟੀਕੁਲਰ ਜਿਹੜਾ ਹਾਦਸਾ ਹੋਇਆ, ਜਿਹੜੀ ਉਹ ਇੰਸੀਡੈਂਟਸ ਹੋਏ ਨੇ, ਉਹਨਾਂ ਦੇ ਵਿੱਚ ਜਾਂਚ ਨੂੰ ਅੱਗੇ ਲੈ ਕੇ ਜਾਇਆ ਜਾਏ। ਕਦੀ ਉਹ ਕਹਿੰਦੇ ਨੇ ਵੀ ਇੱਥੇ ਗੱਲ ਕੀਤੀ ਜਾਵੇ, ਵਿਧਾਨ ਸਭਾ 'ਚ ਖੜ੍ਹੇ ਹੋ ਕੇ ਗੱਲ ਕਹਿੰਦੇ ਨੇ, ਕਦੀ ਉਹ ਬਾਹਰ ਬਾਰ ਬਾਰ ਪੋਸਟਾਂ ਪਾ ਕੇ ਕੁੰਡਾ ਦਰਜਾ। ਕੁਮਰ ਵਿਜੇ ਪ੍ਰਤਾਪ ਜੀ ਜੁਆਇਨ ਕਰਨ ਲੱਗੇ ਨਾ, ਇਹ ਮੇਰੇ ਨਾਲ SSP ਲੱਗ ਰਿਹਾ, ਮੈਂ ਉਹਦੇ ਸ਼ਹਿਨਜ਼ਾਦ ਸੀ ਗੁਰਦਾਸਪੁਰ। ਬਿਫੋਰ ਜੁਆਇਨਿੰਗ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸੋਚ ਕੇ ਪਾਰਟੀ ਜੁਆਇਨ ਕਰਿਓ ਕਿ ਪੋਲੀਟੀਸ਼ੀਅਨ ਜਿਹੜੇ ਗਏ ਬੜੇ ਬਾਅਦ 'ਚ ਨਾ ਕਿ ਆਪਾਂ ਨੂੰ ਜਿਹੜੇ ਆਪਾਂ ਨੂੰ ਪੋਲੀਟਿਕਸ ਨਹੀਂ ਆਉਂਦੀ ਗਈ,
ਅਤੇ ਸੋਚ ਕੇ ਜੁਆਇਨ ਕਰਿਓ, ਕਦੇ ਕੋਈ ਗੱਲ ਨਹੀਂ, ਚਲੋ ਹੋਊਗੀ। ਹੁਣ ਉਹਨਾਂ ਨੂੰ ਵੀ ਉਹਨਾਂ ਨੇ 5-6-7 ਸਾਲ ਦੀ ਸਰਵਿਸ ਛੱਡ ਕੇ ਇੱਧਰ ਪੋਲੀਟਿਕਸ ਆਏ, ਉਹਨਾਂ ਦੇ ਵੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਕਹਿ ਰਹੇ ਆ ਵੀ ਕੋਈ ਇਨਸਾਫ਼ ਨਹੀਂ ਮਿਲ ਰਿਹਾ, ਅਤੇ ਉਹਨਾਂ ਦੀ ਰਿਪੋਰਟ ਪਬਲਿਕ ਨੂੰ ਆਊਟ ਕਰਨ ਦੇ ਵਿੱਚ ਕੀ ਇਤਰਾਜ਼ ਹੈ ਗੌਰਮੈਂਟ? ਪਹਿਲਾਂ ਮੈਂ ਕਹਿ ਚੁੱਕਿਆ ਮੇਰੀ ਰਿਪੋਰਟ ਪਬਲਿਕ ਦੇ ਵਿੱਚ ਆਉਣ ਦੇ ਨਾਲ, ਆਊਟ ਹੋਣ ਦੇ ਨਾਲ ਮੈਨੂੰ ਕੀ ਬੈਨੀਫਿਟ ਆ? ਪਬਲਿਕ ਨੂੰ ਜਿਨ੍ਹਾਂ ਨੇ ਨੁਕਸਾਨ, ਜਿਨ੍ਹਾਂ ਜਿਹੜੇ ਕਿ ਫਾਲਟ ਹੈਗੇ ਆ, ਜਿਨ੍ਹਾਂ ਨੇ ਕ੍ਰਾਈਮ ਕੀਤਾ, ਜਾਂ ਜਿਨ੍ਹਾਂ ਜਿਹੜੇ ਆਫਿਸਰ ਆ ਜਾਂ ਪੋਲੀਟੀਸ਼ੀਅਨ ਆ ਰਿਸਪੋਂਸੀਬਲ ਹੈ, ਆਪਾਂ ਕਿਉਂ ਉਹਨਾਂ ਨੂੰ ਸਪੇਅਰ ਕਰੀਏ? ਕਿਉਂ ਉਹਨਾਂ ਕੀ ਪਬਲਿਕ 'ਚ ਨਾ ਉਹਨਾਂ ਦਾ ਨਾਂ ਆਵੇ? ਆਮ ਆਦਮੀ ਪਾਰਟੀ ਨੂੰ ਕੀ ਪ੍ਰੋਬਲਮ ਹੈਗੀ ਇਸ ਬਾਰੇ? ਜਿਹੜੇ ਵਕੀਲਾਂ ਦੀ ਹੈਗੀ ਆ, ਵਕੀਲਾਂ ਨੂੰ ਵੀ ਮੈਂ ਇਹ 5 ਮਿੰਟ ਦਾ ਟਾਈਮ ਮੰਗ ਰਿਹਾ ਸੀ, ਅਤੇ ਵਕੀਲਾਂ ਨਾਲ ਮੀਟਿੰਗ ਜੇ ਹੋ ਜਾਂਦੀ ਮੈਨੂੰ ਉਹਦੇ ਵਿੱਚ ਕੀ ਬੈਨੀਫਿਟ ਸੀ? ਕਿਉਂਕਿ ਮੀਟਿੰਗ ਇਸ ਕਰਕੇ ਨਹੀਂ ਕਰਨਾ ਚਾਹੁੰਦੇ ਸੀਗੇ, ਕਿਉਂਕਿ ਵਕੀਲ ਦੂਜੀਆਂ ਪਾਰਟੀਆਂ ਦੇ ਏ ਜੀ ਆਫਿਸ ਵਿੱਚ ਦੂਜੀਆਂ ਪਾਰਟੀਆਂ ਦੇ ਵਕੀਲ ਲੱਗੇ ਅਪੁਆਇੰਟ ਕਰ ਰਹੇ ਸੀ। ਇਹ ਵਕੀਲ ਮੈਨੂੰ ਭੇਜ ਰਹੇ ਸੀ ਵਟਸਐਪ 'ਤੇ, ਕਿਤੇ ਟੈਲੀਫੋਨ 'ਤੇ ਵੀ ਦੇਖੋ ਜੀ ਫਲਾਨੀ ਪਾਰਟੀ ਦਾ, ਆਮ ਜਿਹੜੇ ਕਾਂਗਰਸ ਪਾਰਟੀ ਦਾ ਫਲਾਨਾ ਹੈਗਾ ਉਹਦਾ ਜੁਆਇਨ ਕਰਾ ਲਿਆ ਜੀ, ਆਹ ਅਕਾਲੀ ਪਾਰਟੀ ਦਾ ਹੈਗਾ ਉਹਦਾ ਜੁਆਇਨ ਕਰਾ ਲਿਆ ਜੀ, ਆਹ BJP ਦਾ ਜਿਹੜਾ ਹੈਗਾ ਆਦਮੀ ਉਹਦਾ ਨਾ ਕਿ ਰਿਲੇਟਿਵ ਜੁਆਇਨ ਕਰਾ ਲਿਆ। ਤੁਸੀਂ ਇਹ ਕਹਿ ਰਹੇ ਹੋ ਕਿ AG ਆਫਿਸ ਦੇ ਵਿੱਚ ਜਿਹੜੇ ਉੱਥੇ ਵਕੀਲ ਅਪੁਆਇੰਟਮੈਂਟਸ ਹੋਈਆਂ ਉਹ ਸਾਰੀਆਂ ਸਾਰੀਆਂ ਦੂਜੀਆਂ ਪਾਰਟੀਆਂ ਦੇ ਉਹ ਵਕੀਲ ਸੀਗੇ ਜਾਂ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਤਾਲੁਕਾਤ ਸੀਗੇ? ਤਾਲੁਕਾਤ ਹੈ ਜਾਂ ਨਾ ਗੌਡ ਨੋਜ਼, ਪਰ ਵਕੀਲ ਮੈਨੂੰ ਪੁਆਇੰਟ ਆਊਟ ਕਰ ਰਹੇ ਸੀ ਵੀ ਜਿਹੜੀ ਸਾਨੂੰ ਇਗਨੋਰ ਕਰ ਰਹੇ ਆ। ਅਸੀਂ ਕੋਈ 15 ਦੇ ਵਿੱਚ, ਕੋਈ 14 ਜਾਂ ਕੋਈ 13 ਦੇ ਵਿੱਚ ਕਹਿੰਦਾ ਅਸੀਂ ਪਾਰਟੀ ਜੁਆਇਨ ਕੀਤੀ ਹੈ, ਉਹਨਾਂ ਦੇ ਕਹਿਣ ਦੇ ਮੁਤਾਬਕ ਮੈਨੂੰ ਨਹੀਂ ਪਤਾ ਕੋਈ ਜੁਆਇਨ ਕੀਤੀ ਹੈ, ਅਤੇ ਅਸੀਂ ਕੰਮ ਕਰ ਰਹੇ ਹਾਂ। ਜਦੋਂ ਅਸੀਂ ਆਮ ਆਦਮੀ ਪਾਰਟੀ ਸੀ ਉਹ ਵਕੀਲ ਸਾਨੂੰ ਮਖੌਲ ਕਰਦੇ ਹੁੰਦੇ ਸੀ ਵੀ ਆ ਜਾਂਦਾ ਝਾੜੂ ਵਾਲਾ, ਹੁਣ ਕਹਿੰਦਾ ਉਹ ਦੂਜੀਆਂ ਪਾਰਟੀਆਂ ਵਾਲੇ ਜਿਵੇਂ ਤੁਹਾਨੂੰ ਕਿਹਾ ਵੀ ਜਿਹੜੇ ਟਿਕਟਾਂ ਜਿਹੜੀਆਂ ਨਾ ਬੜੇ ਇਹਦੇ 'ਚ ਬੜਾ ਕੁਝ ਹੋਇਆ ਹੈਗਾ, ਦੂਜੀਆਂ ਪਾਰਟੀਆਂ ਵਾਲੇ ਜਿਹੜੇ ਜੁਆਇਨ ਕਰਾ ਕੇ ਆਮ ਆਦਮੀ ਪਾਰਟੀ ਦੀਆਂ 50% ਜਿਹੜੀਆਂ ਨਾ ਕਿ ਟਿਕਟਾਂ ਐਂ ਹੋਈਆਂ। ਹੁਣ ਉਹਨਾਂ ਦੇ ਨਾਲ ਜਿਹੜੇ ਵਕੀਲ ਅਟੈਚ ਸੀ ਕਹਿੰਦੇ ਹੁਣ ਸਾਨੂੰ ਫੇਰ ਆ ਕੇ ਉਹੀ ਮਖੌਲ ਕਰਦੇ ਆ ਵੀ ਅਸੀਂ ਤਾਂ ਆਹ ਸਾਡੀ ਪੋਸਟ 'ਤੇ ਆ ਗਏ ਜੀ, ਆਹ 'ਤੇ ਆ ਗਏ, ਅਤੇ ਤੁਸੀਂ ਦੱਸੋ ਕੀ ਕੀਤਾ? ਮਤਲਬ ਕਹਿੰਦੇ ਵੀ ਪਹਿਲਾਂ ਵੀ ਸਾਨੂੰ ਮਖੌਲ ਕਰਦੇ, ਹੁਣ ਵੀ ਮਖੌਲ ਕਰ। ਇਹ ਗੱਲਾਂ ਮੈਨੂੰ ਵਕੀਲ ਜਾਂਦੀ ਕਹਿ ਰਹੇ ਸੀ, ਉਸ ਕਰਕੇ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਵੀ ਤੁਸੀਂ ਘੱਟੋ ਘੱਟ 5 ਮਿੰਟ ਦੀ ਮੀਟਿੰਗ ਕਰ ਲਓ, ਉਹਨਾਂ ਨੂੰ ਸੈਟਿਸਫਾਈ ਕਰ ਦਿਓ, ਔਰ ਵਕੀਲਾਂ ਦੀ ਮੀਟਿੰਗ 'ਚ ਮੈਨੂੰ ਕੀ ਫਾਇਦਾ ਸੀ ਦੱਸੋ? ਮੈਨੂੰ ਕੋਈ ਫਾਇਦਾ ਹੈ? ਕਿਉਂਕਿ ਮੇਰੇ ਕੋਲ ਸਾਰਾ ਪਰੂਫ ਹੈ, ਮੈਂ ਬਗੈਰ ਪਰੂਫ ਤੋਂ ਗੱਲ ਹੀ ਕਰ ਰਿਹਾ ਵੀ ਕਿਹੜਾ ਵਕੀਲ ਕਿਹਦੇ ਨਾਲ ਅਟੈਚ ਹੈ, ਉਹ ਕਿਹੜੀ ਪਾਰਟੀ ਨਾਲ ਹੈਗਾ, ਅਕਾਲੀ ਪਾਰਟੀ ਦਾ ਜਿਹੜੇ ਅਟੈਚ ਮੈਂਬਰ ਸਿਲੈਕਟ ਕੀਤਾ ਕਿਸ ਗਰਾਊਂਡ 'ਤੇ ਕੀਤਾ, ਆਮ ਆਦਮੀ ਪਾਰਟੀ ਨੇ ਜਿਹੜਾ ਕਾਂਗਰਸ ਪਾਰਟੀ ਦੇ ਜਿਹੜੇ ਨੌਨ ਬੰਦੇ ਹੈਗੇ ਉਹਨਾਂ ਦੇ ਰਿਲੇਟਿਵ ਜਾਂ ਉਹਨਾਂ ਦੇ PA ਉਹਨਾਂ ਨੂੰ ਕਿਵੇਂ ਸਿਲੈਕਟ ਕਰ ਲਿਆ, BJP ਦੇ ਜਿਹੜੇ ਹੈਗੇ ਉਹਨਾਂ ਨੂੰ ਕਿਵੇਂ ਕਰ ਲਿਆ, ਦੇਅਰ ਮਸਟ ਬੀ ਸਮਥਿੰਗ। ਇਹ ਤਾਂ ਹੁਣ ਪਾਰਟੀ ਨੇ ਵਕੀਲਾਂ ਨੂੰ ਸੈਟਿਸਫਾਈ ਕਰਾਉਣਾ, ਭਾਈ ਨਹੀਂ ਕਿ ਉਹ ਜਿਹੜੇ ਸਿਲੈਕਟ ਹੋਏ ਆ, ਮੈਂ ਉਹ ਨਹੀਂ ਕਹਿ ਰਿਹਾ ਵੀ ਉਹ ਇੰਟੈਲੀਜੈਂਟ ਨਹੀਂ ਗਏ, ਪਰ ਉਹਨਾਂ ਦੀ ਗਰੀਵੈਂਸ ਤਾਂ ਹੈ ਨਾ, ਜਿਹੜੇ ਵਕੀਲ ਪਾਰਟੀ ਨਾਲ ਕੰਮ ਕਰ ਰਹੇ ਆ ਉਹਨਾਂ ਦੀ ਗਰੀਵੈਂਸ ਤਾਂ ਹੈ ਨਾ, ਉਹਨਾਂ ਦੀ ਸੁਣਵਾਈ ਤਾਂ ਜ਼ਰੂਰੀ ਹੈਗਾ। ਜੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਮੈਨੂੰ ਬੜਾ ਫੀਲ ਹੋ ਰਿਹਾ ਸੀ, ਮੈਂ ਤਾਂ ਕੋਈ ਇਹਦੇ ਵਿੱਚੋਂ ਲੈਣਾ ਸੀ, ਪਰ ਮੈਂ ਇਹ ਗੱਲਾਂ 2 ਪੁਆਇੰਟ 'ਤੇ ਫਿਰ ਮੈਂ ਉਹਨਾਂ ਨੂੰ ਕਹੀਆਂ ਗਈਆਂ। ਬਾਕੀ ਪਾਰਟੀ ਦੇ ਵਿੱਚ ਕਈ ਹੋਰ ਗੱਲਾਂ ਉਹ ਤਾਂ ਹੈ ਹੀ ਹੈ ਨਾ, ਉਹ ਤਾਂ ਨਾ ਕਿ ਪ੍ਰੋਬਲਮ ਹੈਗੀ ਹੈਗੀ।
ਤੁਸੀਂ ਇੱਕ ਹੁਣ ਡਿਸੀਜਨ ਲੈ ਰਹੇ ਹੋ, ਬੜੀ ਆਵਾਜ਼ ਬੁਲੰਦ ਹੋ ਰਹੀ ਹੈ ਕਿ ਜੱਜ ਸਾਹਿਬ ਹੁਣ ਜਸਟਿਸ ਜੋਰਾ ਸਿੰਘ ਹੁਣ ਫਰੀਦਕੋਟ ਤੋਂ ਆਜ਼ਾਦ ਚੋਣ ਲੜਨ ਵਾਸਤੇ ਖੜ੍ਹੇ ਹੋਣ ਲੱਗੇ ਹੈ। ਫਰੀਦਕੋਟ ਉਹੀ ਧਰਤੀ ਹੈ ਜਿੱਥੇ ਕਿ ਬੇਅਦਬੀਆਂ ਹੋਈਆਂ ਸੀ, ਕੋਟਕਪੂਰਾ ਦੀ ਗੱਲ ਕਰ ਲਈਏ, ਬਹਿਬਲ ਕਲਾਂ ਦੀ ਗੱਲ ਕਰ ਲਈਏ, ਅਤੇ ਕਿਤੇ ਨਾ ਕਿਤੇ ਜੇ ਫਰੀਦਕੋਟ ਦੀ ਇਸ ਟਾਈਮ ਦੀ ਗੱਲ ਕਰ ਲਈਏ, ਬਾਕੀ ਪਾਰਟੀਆਂ ਤੋਂ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਅਨਮੋਲ ਉੱਥੇ ਖੜ੍ਹੇ ਹੋਏ ਨੇ, ਬਾਕੀ ਜਿਵੇਂ ਵੀ ਗੱਲ ਕਰ ਲਈਏ, ਉਹ ਸਾਰੇ ਇੱਕ ਤਰੀਕੇ ਦੇ ਨਾਲ ਕਲਾਕਾਰ ਨੇ। ਤੁਸੀਂ ਉੱਥੇ ਜੱਜ ਸਾਹਿਬ ਜਾ ਰਹੇ ਹੋ, ਜਸਟਿਸ ਜੋਰਾ ਸਿੰਘ ਉਹ ਜਿਨ੍ਹਾਂ ਨੇ ਉਹਨਾਂ ਇੰਸੀਡੈਂਟਸ ਦੇ ਵਿੱਚ ਪਹਿਲਾ ਕਮਿਸ਼ਨ ਜਿਹੜਾ ਬੈਠਾ ਸੀਗਾ ਉਹਦੀ ਰਿਪੋਰਟ ਬਣਾਈ ਸੀਗੀ, ਔਰ ਤਾਜ਼ਾ ਤਰੀਨ ਜਦੋਂ ਉਹ ਹਾਦਸੇ ਹੋਏ, ਉਹ ਸਾਰੇ ਇੰਸੀਡੈਂਟਸ ਹੋਏ, ਘਟਨਾਵਾਂ ਘਟੀਆਂ, ਉਹਦੇ ਬਾਅਦ ਪਹਿਲੀ ਜੇ ਨਜ਼ਰਸਾਨੀ ਕਿਸੇ ਨੇ ਉਸ 'ਤੇ ਕੀਤੀ, ਡੂੰਘੀ ਪੜਤਾਲ ਕੀਤੀ, ਚਾਹੇ ਘੱਟ ਸਮਾਂ ਮਿਲਿਆ, ਤੁਸੀਂ ਕਹਿੰਦੇ ਜਿਸ ਤਰੀਕੇ ਦੇ ਨਾਲ 3 ਮਹੀਨੇ ਮਿਲੇ ਮੈਨੂੰ, ਬਾਵਜੂਦ ਉਸ ਦੇ ਤੁਸੀਂ ਉਸ 'ਤੇ ਆਪਣੀ, ਕਿਉਂਕਿ ਚਾਹੇ ਘੱਟ ਸਮਾਂ ਮਿਲਿਆ ਪਰ ਜਦੋਂ ਇੱਕ ਕੋਈ ਵੀ ਐਕਸਪਰਟ ਹੁੰਦਾ ਔਰ ਤੁਸੀਂ ਐਡੇ ਵੱਡੇ ਅਹੁਦੇ 'ਤੇ, ਜੱਜ ਸਾਹਿਬ ਦੇ ਉਸ 'ਤੇ ਰਹੇ ਤੁਸੀਂ 30-35 ਸਾਲ ਦੀ, ਤੁਹਾਡੀ ਇੱਕ ਪੂਰੀ ਲੰਬੀ ਇੱਕ ਕਰੀਅਰ ਬੇਸ ਸੀਗਾ ਪਿੱਛੇ, ਤੁਹਾਡੇ ਲਈ ਤਾਂ ਮਤਲਬ ਕਿ ਉਸ ਨੂੰ ਇਨਵੈਸਟੀਗੇਟ ਕਰਨਾ ਉਸ ਕਮਿਸ਼ਨ ਦੇ ਵਿੱਚ ਔਰ ਚੀਜ਼ਾਂ ਨੂੰ ਈਅਰਮਾਰਕ ਕਰਨਾ, ਪੁਆਇੰਟ ਆਊਟ ਕਰਨਾ, ਉਹ ਕੋਈ ਮਤਲਬ ਬਹੁਤ ਉਹਨੂੰ ਇੱਦਾਂ ਨਹੀਂ ਕੀਤਾ ਜਾਂਦਾ, ਹਲਕੇ ਵਾਲੀ ਗੱਲ ਨਹੀਂ ਹੈਗੀ, ਔਰ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਉਹ ਛੇਤੀ ਦਾ ਕੰਮ ਵੀ ਨਹੀਂ ਹੋ ਸਕਦਾ, ਡੈਫੀਨੇਟਲੀ ਯੂ ਵੁੱਡ ਹੈਵ ਗੋਨ ਥਰੂ ਆਲ ਦਾ ਲੀਗਲ ਪੁਆਇੰਟਸ। ਬਿਲਕੁਲ ਠੀਕ, ਪਹਿਲਾਂ ਤਾਂ ਮੈਂ ਕਹਿ ਰਿਹਾ ਜਿਹੜੇ ਫਰੀਦਕੋਟ ਦੇ ਲੋਕ ਹੈਗੇ ਆ, ਪਬਲਿਕ ਹੀ ਗਿਆ, ਦੇ ਆਰ ਲੱਕੀ ਵੀ ਉਹਨੂੰ ਇੰਨੇ ਸਿੰਗਰ ਮਿਲ ਰਹੇ ਹੈਗੇ ਆ। ਇੱਕ ਅਖਾੜੇ ਦੇ ਵਿੱਚ ਸਾਰੇ ਸਿੰਗਰ ਇਕੱਠੇ ਹੋ ਗਏ ਨਾ ਕਿ ਫ੍ਰੀ 'ਚ ਨਾ ਕਿ ਉਹ ਇੰਜੋਏ ਕਰਨਗੇ, ਉਹਨਾਂ ਨੇ ਜੱਜ ਤੋਂ ਕੀ ਲੈਣਾ ਗਿਆ। ਜੇ ਦੂਸਰੀ ਗੱਲ ਹੈਗੀ ਵੀ ਤੁਸੀਂ ਕਿਸ ਤਰ੍ਹਾਂ ਨਾ ਕਿ ਇੱਕ ਪਿੰਨ ਪੁਆਇੰਟ ਕਰਦੇ, ਇੱਕ ਛੋਟੀ ਜਿਹੀ ਗੱਲ ਤੋਂ ਮੈਂ ਤੁਹਾਨੂੰ ਇੱਕ ਦੱਸਦਾ, ਇੱਕ ਬਟੂਆ ਕਾਂਡ ਹੋਇਆ, ਉਹਦੇ ਵਿੱਚ ਦੋ ਮਤਲਬ ਜਿਹੜੇ ਲੜਕੇ ਆ ਇਨਕਾਊਂਟਰ ਹੋਇਆ ਉਹਨਾਂ ਦਾ ਮੋਰਨਿੰਗ 'ਚ, ਬਾਅਦ 'ਚ ਇੱਕ ਵਿੱਚੋਂ ਜਿਉਂਦਾ ਨਿਕਲਿਆ, ਅਲਟੀਮੇਟਲੀ ਟ੍ਰਾਇਲ ਮੇਰੇ ਕੋਲ ਆਈ, ਅਗੇਂਸਟ ਪੁਲਿਸ ਪਰਚਾ ਸੀਗਾ, ਓਨਲੀ ਔਨ ਵਨ ਲਾਈਨ ਆਫ ਦੀ ਡਾਕਟਰ ਉਹਨਾਂ ਨੂੰ ਮੈਂ ਲਾਈਫ ਇੰਪਰੀਜ਼ਮੈਂਟ ਦਿੱਤੀ, ਜਦੋਂ ਕਿ ਗੌਰ ਉਮਰ ਲਾਈਫ ਨੂੰ, ਜ਼ਿਆਦਾ ਕਿ ਉਸ ਟਾਈਮ ਪੂਰੀ ਪੁਲਿਸ ਪੂਰੀ ਗੌਰਮੈਂਟ ਅਗੇਂਸਟ ਮੀ ਸੀ, ਠੀਕ ਨਹੀਂ। ਇਸ ਕਰਕੇ ਮੇਰੇ ਕੋਲ ਤਾਂ ਨਾ ਕਿ ਮੈਂ ਤਾਂ ਆਪਣਾ ਨਾ ਕਿ ਜਿਹੜਾ ਇਲੈਕਸ਼ਨ ਲੜਨ ਦਾ ਮੇਰਾ ਪਰਪਜ ਇਹੀ ਆ ਵੀ ਪਬਲਿਕ ਨੂੰ ਦੱਸਾਂ ਵੀ ਇਹ ਪਬਲਿਕ ਪੋਲੀਟੀਸ਼ੀਅਨ ਤੁਹਾਡਾ ਕੀ ਕਰਦੇ, ਵੀ ਤੁਹਾਨੂੰ ਕਿਵੇਂ ਮਹਿਸੂਸ ਕਰਦੇ ਆ, ਕਿਵੇਂ ਮਹਿਸੂਸ ਕਰਦੇ ਆ ਤੁਸੀਂ, ਇਹ ਜਿਹੜੇ ਪੋਲੀਟੀਸ਼ੀਅਨ ਆ ਪੜ੍ਹੇ ਲਿਖੇ ਜਿਹੜੇ ਆ ਇੰਟੈਲੀਜੈਂਟ ਆ, ਜਿਹੜੇ ਅੱਛੇ ਲੋਕਾਂ ਦੀ ਪੋਲਿਸੀਆਂ ਬਣਾ ਸਕਣ, ਪਬਲਿਕ ਦੇ ਬੈਨੀਫਿਟ ਵਾਸਤੇ ਕੰਮ ਕਰ ਸਕਣ, ਕਿਸਾਨਾਂ ਦੇ ਬਾਰੇ, ਕਿਸਾਨ ਹੁਣ ਲੱਗੀ ਸ਼ੰਭੂ ਬਾਰਡਰ ਦੇ ਕਿੰਨਾ ਚਿਰ ਬੈਠੇ ਰਹੇ, ਅਲਟੀਮੇਟ ਕੀ ਹੋਇਆ, ਇੱਕ 0 FIR ਨੰਬਰ ਕਰਦੇ ਔਰ ਤੁਸੀਂ ਲਿਖ ਕੇ ਲੈ ਲਓ, ਉਹਦੇ ਵਿੱਚ ਕਦੇ ਵੀ ਕਨਵੈਕਸ਼ਨ ਨਹੀਂ ਹੋ ਸਕਦੀ, ਜਿੰਨਾ ਮਰਜ਼ੀ ਰੌਲਾ ਪਾ ਲੈਣ ਕਿਸਾਨ ਅਤੇ ਜਿੰਨਾ ਪਾਰਟੀ ਪਬਲਿਕ, ਕੋਈ ਕਨਵੈਕਸ਼ਨ ਨਹੀਂ ਹੋ ਸਕਦੀ, ਇਹ ਤਾਂ ਬੇਵਕੂਫ ਬਣਾਉਣ ਵਾਸਤੇ ਬੈਠੇ ਸਾਰੇ। ਸਰ ਪੰਜਾਬ ਦੀ ਜੇ ਅਸੀਂ ਗੱਲ ਕਰੀਏ, ਸਰਜ਼ਮੀਂ 'ਤੇ ਪੁਰਾਣੀ ਜੇ ਝਾਤ ਮਾਰੀ ਸੀ, ਦੋ ਰਿਵਾਇਤੀ ਪਾਰਟੀਆਂ ਸੀਗੀਆਂ, ਇੱਕ ਆਮ ਆਪਣੇ ਅਕਾਲੀ ਦਲ ਔਰ ਦੂਸਰਾ ਕਾਂਗਰਸ ਪਾਰਟੀ, ਫਿਰ ਇੱਕ ਵਿੱਚੋਂ ਦੀ ਆਮ ਆਦਮੀ ਪਾਰਟੀ ਨਿੱਤਰ ਕੇ ਆਉਂਦੀ ਹੈ, ਔਰ ਪਿਛਲੇ ਵਾਰੀ ਅਕਾਲੀ ਗਵਰਨਮੈਂਟ ਤੋਂ ਦੁਖੀ ਹੋ ਕੇ ਕਹਿ ਲਓ, ਜਾਂ ਦੋਨੋਂ ਰਿਵਾਇਤੀ ਪਾਰਟੀਆਂ ਤੋਂ ਦੇ ਕੰਮਾਂ ਕਾਜਾਂ ਜਾਂ ਉਹਨਾਂ ਦੀਆਂ ਜਿਹੜੀ ਇੱਕ ਲੀਕ 'ਤੇ ਤੁਰੇ ਆ ਰਹੇ ਸੀ, ਉਸ ਤੋਂ ਲਾਂਭੇ ਹੋ ਕੇ ਲੋਕਾਂ ਨੇ ਇਹਨਾਂ ਨੂੰ ਵੱਡਾ ਮੈਂਡੇਟ ਦੇ ਕੇ ਜਿਤਾਇਆ। ਪਰ ਉਸ ਦੇ ਬਾਵਜੂਦ ਜੇ ਗੱਲ ਕਰੀਏ ਤਾਂ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਜਾਂ ਹੁਣ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਨਵੇਂ ਕਈ ਮੁੱਦੇ ਜ਼ਰੂਰ ਆ ਗਏ ਨੇ, ਪਰ ਰਿਵਾਇਤੀ ਸਮਿਆਂ ਦੀ ਪਾਰਟੀਆਂ ਦੀ ਗੱਲ ਨਹੀਂ ਕਰੀ, ਸਮਿਆਂ ਦੀ ਗੱਲ ਕਰੀਆਂ, SYL ਦਾ ਮੁੱਦਾ, ਚੰਡੀਗੜ੍ਹ ਦਾ ਮੁੱਦਾ, ਪੰਜਾਬੀ ਭਾਸ਼ਾ ਦਾ ਮੁੱਦਾ, ਫਿਰ ਉਹਦੇ ਨਾਲ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ 15 ਵਿੱਚ ਇਹੀ ਬਹਿਬਲ ਕਰਾਂ ਅਤੇ ਬਰਗਾੜੀ ਕਾਂਡ ਜਿਹੜਾ ਹੋਇਆ, ਬੇਅਦਬੀਆਂ ਜਿਹੜੀਆਂ ਹੋਈਆਂ, ਇਹ ਬਹੁਤ ਵੱਡਾ ਇੱਕ
ਦੋਨੋਂ ਰਿਵਾਇਤੀ ਪਾਰਟੀਆਂ ਦੇ ਏਜੰਡੇ 'ਤੇ ਰਿਹਾ ਉਹਨਾਂ ਦੇ ਚੋਣਾਂ ਲੜਨ ਵੇਲੇ, ਉਹਨਾਂ ਦਾ ਜਿਹੜਾ ਚੋਣ ਮਨੋਰਥ ਪੱਤਰ ਹੁੰਦਾ ਸੀ ਉਸ ਦਾ ਹਿੱਸਾ ਵੀ ਰਹੇ ਨੇ, ਔਰ ਉਹਨਾਂ ਦੇ ਭਾਸ਼ਣਾਂ ਵਿੱਚ ਵੀ ਇਹ ਵਾਰ ਵਾਰ ਕਿਹਾ ਜਾਂਦਾ ਰਿਹਾ। ਅਮਰਿੰਦਰ ਸਰਕਾਰ ਨੇ, ਅਮਰਿੰਦਰ ਸਿੰਘ ਹੋਰਾਂ ਨੇ ਜਦੋਂ ਇਲੈਕਸ਼ਨ ਲੜਿਆ ਉਹਨਾਂ ਨੇ ਵੀ ਇਹੀ ਕਹੀ ਸੀਗੀ ਜਦੋਂ ਆਮ ਆਦਮੀ ਪਾਰਟੀ ਨੇਤਰ ਕੇ ਆਈ ਹੈ, ਅਤੇ ਉਹਨਾਂ ਨੇ ਵੀ ਉਸ ਟਾਈਮ 'ਤੇ ਉਸ ਤੋਂ ਪਹਿਲੇ ਜਦੋਂ ਰਹੇ ਨੇ ਆਪ ਗਵਰਨਮੈਂਟ ਦੇ ਵਿੱਚ ਉਹ ਵੀ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਨਸ਼ਰ ਨਹੀਂ ਕਰ ਸਕੇ। ਜਦੋਂ ਉਹਨਾਂ ਨੂੰ ਸਵਾਲ ਕਰਦਾ ਸੀ ਮੀਡੀਆ 'ਤੇ ਹਮੇਸ਼ਾ ਕਹਿ ਦਿੰਦੇ ਸੀ ਹੁਣ ਮੈਂ ਐਵੇਂ ਸਿੱਧਾ ਫੜ ਕੇ ਤਾਂ ਨਹੀਂ ਕਿਸੇ ਨੂੰ ਅੰਦਰ ਕਰ ਸਕਦਾ, ਤੁਸੀਂ ਵੀ ਸੁਣਿਆ ਹੋਏਗਾ। ਇਹਨਾਂ ਸਾਰੀਆਂ ਚੀਜ਼ਾਂ ਤੋਂ ਲੱਗਦਾ ਨਹੀਂ ਵੀ ਇਹ ਜਿਹੜੇ ਮੇਨ ਮੁੱਦੇ ਨੇ ਉਹ ਕਿਤੇ ਲਾਂਭੇ ਹੁੰਦੇ ਜਾ ਰਹੇ ਅਤੇ ਖਲਾਰਾ ਜਿਹਾ ਜ਼ਿਆਦਾ ਪੈਂਦਾ ਜਾ ਰਿਹਾ। ਬਿਲਕੁਲ ਠੀਕ ਹੈ, ਮੇਨ ਮੁੱਦਿਆਂ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰਦੇ ਨਾ, ਸਰ ਚੁਟਕਲੇ ਸੁਣਾਉਣਾ ਹੈਗੇ ਆ ਪਾ ਲੋਕਾਂ ਦਾ ਜਿਹੜਾ ਧਿਆਨ ਹੈ ਨਾ ਡਿਵਰਟ ਕਰਨਾ, ਬਸ ਜਿਹੜਾ ਲੋਕਾਂ ਦੇ ਧਿਆਨ ਨੂੰ ਡਿਵਰਟ ਕਰਨ ਵਾਸਤੇ ਕਾਮਯਾਬ ਹੋ ਗਿਆ ਉਹ ਕਾਮਯਾਬ ਹੈਗਾ। ਪੰਜਾਬ ਦੇ ਵਿੱਚ ਪੰਜਾਬੀਆਂ ਬਾਰੇ, ਕਿਸਾਨੀ ਬਾਰੇ, ਪਬਲਿਕ ਦੇ ਵਿੱਚ ਉਹਨਾਂ ਜਿਹੜੇ ਆਮ ਬੱਚੇ ਕਿਵੇਂ ਬਾਹਰ ਜਾ ਰਹੇ ਆ ਉਹਦੇ ਬਾਰੇ ਕੋਈ ਇਹਨਾਂ ਨੂੰ ਹੈ ਨਹੀਂ ਗੀ ਵੀ ਕਿਉਂ ਜਾ ਰਹੇ ਆ, ਉਹਦਾ ਰੀਜ਼ਨ ਕੀ ਆ, ਉਹਨੂੰ ਕਿਵੇਂ ਸੋਲਵ ਕਰ ਸਕਦੇ ਆ, ਕਿਸਾਨੀ ਕਿਵੇਂ ਖਤਮ ਹੋ ਰਹੀ ਹੈਗੀ ਆ, ਚੰਡੀਗੜ੍ਹ ਦਾ ਮੁੱਦਾ ਹੈਗਾ, ਪੰਜਾਬੀ ਪਾਣੀ ਦਾ ਮੁੱਦਾ, ਇਹਦੇ ਬਾਰੇ ਨਹੀਂ ਗੱਲ ਕਰ ਰਹੇ। ਪੰਜਾਬੀ ਪਾਣੀ ਦਾ ਮੁੱਦੇ ਬਾਰੇ ਪੰਜਾਬ ਵਾਲੇ ਤਾਂ ਬੋਲੀ ਜਾਂਦੇ, ਸਾਡੇ ਕੋਲ ਪਾਣੀ ਨਹੀਂ ਗਿਆ, ਪਾਣੀ ਨਹੀਂ ਗਿਆ, ਅਤੇ ਡਾਕਟਰ ਸਾਹਿਬ ਬੋਲ ਰਹੇ ਆ ਸੰਦੀਪ ਪਾਠਕ ਜੀ ਕਹਿੰਦੇ ਅਸੀਂ ਹਰਿਆਣੇ ਨੂੰ ਕਿ ਇਲੈਕਸ਼ਨ ਦੇ ਵਿੱਚ ਹਰ ਪਿੰਡ ਦੇ ਵੀ ਪਾਣੀ ਦੇ ਦਾਂਗੇ। ਇੱਕ ਹਰਿਆਣੇ ਤੋਂ ਮਿਨਿਸਟਰ ਹੈਗਾ, ਐਮ ਪੀ ਹੈਗਾ, ਉਹ ਕਹਿੰਦੇ 24 ਦੀ ਇਲੈਕਸ਼ਨ ਦੇ ਵਿੱਚ ਪਿੰਡ ਪਿੰਡ ਪਾਣੀ ਅਸੀਂ ਪਹੁੰਚਾ ਦਾਂਗੇ ਪਹੁੰਚਾ ਦਾਂਗੇ। ਹੁਣ ਉਹਨਾਂ ਦੇ ਖਿਲਾਫ਼ ਐਕਸ਼ਨ ਲੈਣ, ਜੋ ਜੇ ਇਹਨਾਂ ਦੇ ਵਿੱਚ ਦਮ ਹੈਗਾ, ਪੰਜਾਬੀਆਂ ਦੇ ਵਿੱਚ ਦਮ ਹੈਗਾ। ਹੁਣ ਇਸੇ ਕਰਕੇ ਮੇਰਾ ਵਿਊ ਆ ਵੀ ਪੰਜਾਬ ਵਿੱਚ ਉਹੀ ਪਾਰਟੀ ਕਾਮਯਾਬ ਹੋਏਗੀ ਇਨ ਫਿਊਚਰ ਜੇ ਪੰਜਾਬੀ ਲੋਕਲ ਪਾਰਟੀ ਜਿਹੜੀ ਕੋਈ ਬਣੇ, ਰਵਾਇਤੀ ਪਾਰਟੀ ਪੰਜਾਬ ਦੀ ਰੀਜਨਲ ਪਾਰਟੀ ਬਣੇਗੀ ਤਾਂ ਫਿਰ ਕਾਮਯਾਬ ਹੋ ਗਿਆ। ਖੇਤਰੀ ਪਾਰਟੀ ਬਹੁਤ ਮਤਲਬ ਇੰਪੋਰਟੈਂਟ ਹੈਗੀ ਹੈ, ਕਿਉਂਕਿ ਜੇ ਸੈਂਟਰ ਤੁਹਾਡਾ ਕੰਟਰੋਲ ਹੋ ਗਿਆ ਨਾ ਫਿਰ ਤੁਹਾਨੂੰ ਨਹੀਂ ਚੱਲਣ ਦੇਣਗੇ, ਇਹ ਕੋਈ ਪਾਰਟੀ ਜਿਹੜੀ ਸੈਂਟਰ ਦੇ ਅੰਡਰ ਹੈਗੀ ਨਹੀਂ ਉਹ ਤੁਹਾਨੂੰ ਪੰਜਾਬ ਨਹੀਂ ਚੱਲਣ ਦੇਗੀ। ਇਸ ਕਰਕੇ ਪੰਜਾਬ ਦੇ ਜਿਹੜੇ ਮੁੱਦੇ ਹੈਗੇ ਆ ਕਿਸਾਨਾਂ ਦਾ, ਮਜ਼ਦੂਰਾਂ ਦਾ, ਅਤੇ ਆਪਣੇ ਪਾਣੀ ਦਾ ਮੁੱਦਾ ਹੈਗਾ, ਚੰਡੀਗੜ੍ਹ ਦਾ ਹੈਗਾ, ਭਾਠਾ ਡੈਮ ਦਾ ਹੈਗਾ, ਜੋ ਲੋਕ ਬੱਚੇ ਬਾਹਰ ਜਾ ਰਹੇ ਆ, ਇਹ ਜਿਹੜੇ ਮੁੱਦੇ ਹੈ ਨਾ, ਨਸ਼ਿਆਂ ਦਾ ਮੁੱਦਾ ਹੈਗਾ, ਜੇਲ੍ਹਾਂ ਦੇ ਵਿੱਚ ਕੀ ਹੋ ਰਿਹਾ, ਜੇਲ੍ਹਾਂ 'ਚੋਂ ਇੰਟਰਵਿਊਆਂ ਹੋ ਰਹੀਆਂ, ਗੈਂਗਵਾਰ ਕਿਵੇਂ ਹੋ ਰਹੀ ਆ, ਡੇਲੀ ਮਰਡਰ ਹੋ ਰਿਹਾ, ਫਿਰੌਤੀਆਂ ਲੋਕ ਟੈਲੀਫੋਨ ਕਰ ਕਰਕੇ ਪੈਸੇ ਮੰਗ ਰਹੇ ਆ। ਲੋਅ ਐਂਡ ਆਰਡਰ ਤਾਂ ਕਿਸੇ ਪਾਸੇ ਹੈ ਹੀ ਨਹੀਂ ਨਾ, ਸਿਰਫ ਇਹ ਆ ਵੀ ਪਾਰਟੀ ਅਰੇਂਜ ਕਰੋ, 55 ਕਰੋੜ ਖਰਚ ਕਰੋ, ਹਥਿਆਰ ਲਾਓ ਚੱਲ, ਲੇਕਿਨ ਬੇਸਿਕ ਮੁੱਦੇ ਉਹ 'ਤੇ ਗੱਲ ਕਰ ਲਈ ਵੀ ਅਸੀਂ ਇੰਪਲਾਇਮੈਂਟ ਕਿਵੇਂ ਕਰਨੀ ਠੀਕ, ਅਸੀਂ ਖੇਤੀ ਨੂੰ ਕਿਵੇਂ ਠੀਕ ਕਰ ਸਕਦੇ ਹਾਂ, ਬੱਚੇ ਜਿਹੜੇ ਬਾਹਰ ਜਾਈਏ ਉਹਨਾਂ ਬਾਰੇ ਅਸੀਂ ਕੀ ਕਰਨਾ ਹੈਗਾ, ਕਿਸਾਨਾਂ ਦਾ ਮੁੱਦਾ ਉਹ ਕਿਵੇਂ ਸੋਲਵ ਕਰਨਾ, ਇਹਦੇ ਬਾਰੇ ਕੋਈ ਪ੍ਰੋਬਲਮ ਨਹੀਂ। ਇਸ ਕਰਕੇ ਰੀਜਨਲ ਪਾਰਟੀ ਜੇ ਬਣੇਗੀ ਤਾਂ ਪੰਜਾਬ ਬਚੂਗਾ, ਨਹੀਂ ਤਾਂ ਨਹੀਂ ਬਚਣਾ। ਸਰ ਜਿੱਥੋਂ ਤੱਕ ਗੱਲ ਕਰੀਏ ਕਾਂਗਰਸ ਦੀ, ਜਿੱਥੋਂ ਤੱਕ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਹੁਣ ਅਕਾਲੀ ਦਲ ਤੋਂ ਵੱਖ ਹੋ ਕੇ ਇੰਡੀਪੈਂਡੈਂਟ ਤੌਰ 'ਤੇ ਉਹਨੇ 13 ਸੀਟਾਂ 'ਤੇ ਆਪਣੀਆਂ ਜਿਹੜਾ ਹੈਗਾ ਉਹ ਕੈਂਡੀਡੇਟਸ ਖੜ੍ਹੇ ਕਰ ਲਏ ਔਰ ਕੰਟੈਸਟ ਕਰ ਰਹੀ ਹੈ, ਉੱਦਾਂ ਹੀ ਅਕਾਲੀ ਦਲ ਨੇ ਵੀ ਆਪਣਾ ਜਿਹੜਾ ਉਹ ਸਿੱਧਾ ਕੀਤਾ ਹੋਇਆ ਰਸਤਾ ਕਿ ਅਸੀਂ ਵੀ ਆਪਣੇ ਓਨ 'ਤੇ ਲੜਾਂਗੇ। ਜਿੱਥੋਂ ਤੱਕ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਉਹ 13-0 ਦੀ ਰੱਟ ਲਗਾ ਰਹੇ ਨੇ। ਹੁਣ ਫਰੀਦਕੋਟ 'ਤੇ ਆ ਜਾਈਏ ਤਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਉੱਥੇ ਸਾਰੇ ਕਲਾਕਾਰ ਨੇ, ਜੱਜ ਸਾਹਿਬ ਜਾ ਰਹੇ, ਜਸਟਿਸ ਜੋਰਾ ਸਿੰਘ ਉੱਥੇ ਜਾ ਰਹੇ ਨੇ ਇੰਡੀਪੈਂਡੈਂਟ ਤੌਰ 'ਤੇ ਲੜਨ ਵਾਸਤੇ, ਔਰ ਉਹੀ ਧਰਤੀ ਹੈ ਦੁਬਾਰਾ ਮੈਂ ਗੱਲ ਕਰਾਂਗੀ ਜਿੱਥੇ ਬੇਅਦਬੀਆਂ ਹੋਈਆਂ, ਜਿੱਥੇ ਕੋਟਕਪੂਰਾ ਕਾਂਡ ਹੋਇਆ, ਜਿੱਥੇ ਬਹਿਬਲ ਕਲਾਂ ਹੋਇਆ ਔਰ ਲੋਕਾਂ ਦੇ ਸੈਂਟੀਮੈਂਟਸ ਉੱਥੇ ਜੁੜੇ ਹੋਏ ਨੇ। ਤੁਹਾਨੂੰ ਲੱਗਦਾ ਵੀ ਇਹਨਾਂ ਸੈਂਟੀਮੈਂਟਸ ਦਾ ਔਰ ਉਹ ਜੱਜ ਸਾਹਿਬ ਜਾ ਰਹੇ ਨੇ ਜਿਹੜੇ ਕਿ ਜਿਨ੍ਹਾਂ ਨੇ ਉਸ ਕਮਿਸ਼ਨ ਬੈਠਿਆ ਸੀ ਔਰ ਕਮਿਸ਼ਨ ਦੇ ਵਿੱਚ ਉਹਨਾਂ ਨੇ ਇਹ ਸਾਰੀ ਇਨਵੈਸਟੀਗੇਸ਼ਨ ਕੀਤੀ ਸੀਗੀ, ਉਹਨਾਂ
ਦਾ ਕੋਈ ਨਾ ਕੋਈ ਇਸ ਚੀਜ਼ ਦਾ ਲਾਭ ਤੁਹਾਨੂੰ ਮਿਲ ਸਕਦਾ? ਕਿਉਂਕਿ ਪਿਛਲੀ ਵਾਰ ਜਦੋਂ ਕੀਤਾ ਤੁਸੀਂ ਕਿਹਾ ਕਿ ਬਹੁਤ ਹੀ ਘੱਟ ਟਾਈਮ ਸੀਗਾ ਮੇਰੇ ਕੋਲ ਜਲੰਧਰ ਵਾਲਾ, ਉਹਦੇ 'ਚ ਤਾਂ ਨਹੀਂ ਕੁਛ ਬਣ ਸਕਿਆ ਸੀਗਾ, ਪਰ ਇਸ ਵਾਰ ਹੋ ਸਕਦਾ ਇਹਨਾਂ ਚੀਜ਼ਾਂ ਨੂੰ ਲੋਕ ਉੱਥੇ ਸੀਰੀਅਸਲੀ ਲੈ ਜਾਣ? ਅਤੇ ਦੇਖੋ ਜਲੰਧਰ ਦੇ ਵਿੱਚ ਮੇਰੇ ਕੋਲ ਤੁਸੀਂ ਕਹਿ ਰਹੇ ਵੀ ਘੱਟ ਸੀ ਟਾਈਮ, ਬਿਲਕੁਲ ਨੋ ਡਾਊਟ, 3 ਮਹੀਨੇ ਸੀਗੇ। ਦਸੰਬਰ 18 ਜੁਆਇਨ ਕੀਤਾ, ਅਪ੍ਰੈਲ ਮਈ ਦੇ ਵਿੱਚ ਇਲੈਕਸ਼ਨ ਹੋ ਗਈ। ਮੇਰੇ ਕੋਲ ਇੱਕ ਵੀ ਪਾਰਟੀ ਦਾ ਕੋਈ ਲੀਡਰ ਉੱਥੇ ਕੰਪੇਨ ਵਾਸਤੇ ਨਹੀਂ ਗਿਆ। ਡੇਲੀ ਮੈਨੂੰ ਟੈਲੀਫੋਨ ਕਰਦੇ ਸੀ ਵੀ ਅੱਜ ਜੀ MP ਸਾਹਿਬ ਆ ਰਹੇ ਆ ਜੀ, ਅਰੇਂਜ ਕਰਿਓ, ਮੁੜ ਕੇ 4 ਵਜੇ ਆ ਨਹੀਂ ਆਇਆ, ਕੈਂਸਲ ਹੋ ਗਿਆ। ਦਿੱਲੀ ਤੋਂ ਫਲਾਣਾ ਆ ਰਿਹਾ ਜੀ, ਫਿਰ ਜੀ ਉਹਦੀ ਫਲਾਈਟ ਕੈਂਸਲ ਹੋ ਗਈ। ਮਤਲਬ ਡੇਲੀ ਇਹਦੀ ਮੈਸੇਜ ਹੁੰਦਾ ਸਵੇਰੇ ਮੋਰਨਿੰਗ, ਕਿ ਮੀਟਿੰਗ ਹੁੰਦੀ ਸੀ ਸਾਰੇ ਕੈਂਡੀਡੇਟ ਨਾਲ ਵੀ ਤੁਹਾਨੂੰ ਕਿਹੜੇ ਕਿਹੜੇ ਦਿੱਲੀ ਦਾ ਕਿਹੜਾ ਕਿਹੜਾ ਲੀਡਰ ਚਾਹੀਦਾ, ਕਿਹੜਾ ਕਿਹੜਾ ਆ ਕੇ ਕਰੇ। ਔਰ ਮਾਨ ਸਾਹਿਬ ਨੇ ਵੀ 2 ਵਾਰੀ ਪ੍ਰਮੁੱਖਿਆ, 2 ਵਾਰੀ ਕੈਂਸਲ ਹੋਇਆ। ਠੀਕ ਹੈ, ਮਾਨ ਸਾਹਿਬ ਦੀ ਆਪਣੀ ਕੰਪੇਨ ਚੱਲਦੀ ਸੀਗੀ ਸੰਗਰੂਰ, ਉਹਨਾਂ ਨੇ ਕਰਨੀ ਸੀ, ਕੋਈ ਪ੍ਰੋਬਲਮ ਨਹੀਂ ਸੀ। ਪਰ ਤੁਸੀਂ ਟਾਈਮ ਕਿਉਂ ਦਿੰਦੇ ਗੇ ਦੂਜੀ ਪਾਰਟੀ ਜਿਹੜੀ ਜਗ੍ਹਾ 'ਤੇ ਜਾਣਾ? ਐਟਲੀਸਟ ਉਹਨਾਂ ਲੋਕਾਂ ਦੇ ਵਿੱਚ ਕੀ ਇੰਪਰੈਸ਼ਨ ਜਾਏਗਾ ਤੁਹਾਡੇ? ਦਿੱਲੀ ਵਾਲੇ ਜਿਹੜੇ ਆ ਉੱਥੋਂ ਆਉਂਦਾ ਸੀ ਟੈਲੀਫੋਨ ਵੀ ਅੱਜ ਜੀ ਫਲਾਣਾ ਲੀਡਰ ਆ ਰਿਹਾ, ਅੱਜ ਫਲਾਣਾ ਲੀਡਰ ਆ ਰਿਹਾ, ਮੁੜ ਕੇ ਜੀ ਮੈਸੇਜ ਆਉਂਦਾ ਜੀ ਉਹ ਟ੍ਰੇਨ ਲੇਟ ਹੋ ਗਈ ਜੀ, ਜਿਹੜਾ ਹੈਗਾ ਜਿਹੜੀ ਹੈਗੀ ਆਪਣਾ ਫਲਾਈਟ ਕੈਂਸਲ ਹੋ ਗਈ ਜੀ। ਇਸ ਕਰਕੇ ਉਹਦੇ ਵਿੱਚ ਬਿਲਕੁਲ ਹੀ ਫਿਰ ਲੋਕਲ ਲੀਡਰਾਂ ਦਾ ਵੀ ਰੋਲ ਬਹੁਤ ਸੀ, ਉਹ ਤਾਂ ਮੰਨਦਾ ਮੈਨੂੰ ਓਵਰ ਹੋ ਗਿਆ ਕੰਮ। ਠੀਕ ਨਹੀਂ, ਜਿਹੜਾ ਫਰੀਦਕੋਟ ਦਾ, ਫਰੀਦਕੋਟ ਦੇ ਵਿੱਚ ਮੇਰਾ ਆਪਣਾ ਪਿੰਡ ਹੈਗਾ ਬਿੱਲੀ ਟੁੱਡੀ ਕੇ, ਆਈ ਬਿਲੋਂਗ ਟੂ ਦੈਟ ਏਰੀਆ, ਬਿੱਲੀ ਟੁੱਡੀ ਕੇ ਜਿਹੜਾ ਬਰਥ ਪਲੇਸ ਆਫ ਲਾਲਾ ਜਪਤ ਰਾਏ ਹੈਗਾ, ਮੇਰਾ ਏਰੀਆ ਹੈਗਾ। ਇੱਕ ਤਾਂ ਇਹ ਕਾਰਨ ਆ ਕਿ ਮੈਂ ਪਹਿਲਾਂ ਵੀ ਇਹੀ ਗੱਲ ਕੀਤੀ ਮੈਂ ਅੱਜ ਉਹ ਇਲੈਕਸ਼ਨ ਲੜਾਂਗਾ, ਉੱਥੇ ਲੜਾਂਗਾ। ਦੂਸਰਾ ਹੈਗਾ ਵੀ ਜਿਤਨ ਹਰਨ ਦਾ ਕੋਈ ਕਲਾਕਾਰ ਅੱਜ ਹੋ ਰਿਹਾ, ਮੈਂ ਸਾਰਿਆਂ ਨੂੰ ਰਿਸਪੈਕਟ ਕਰਦਾ, ਕਿਸੇ ਪਾਰਟੀ ਨੂੰ ਨਹੀਂ ਮਤਲਬ ਕੰਡੈਮ ਕਰਦਾ। ਮੇਰਾ ਤਾਂ ਸਿਰਫ ਇੱਕੋ ਹੀ ਗੱਲ ਸੀ ਵੀ ਜਿਹੜੀ ਰਿਪੋਰਟ ਆਇਆ, ਇੰਨੇ ਕਮਿਸ਼ਨ 'ਤੇ ਖਰਚ ਕੀਤਾ, ਇੰਨੇ ਤੁਸੀਂ ਕਿੰਨੀਆਂ ਸੈੱਟ ਬਣਾਈਆਂ ਗਈਆਂ, 2 ਕਮਿਸ਼ਨ ਹੋ ਗਏ, ਸੈੱਟ ਬਣ ਗਈ, 1 ਬਣ ਗਈ, 2 ਬਣ ਗਈ, 3 ਬਣ ਗਈ, ਅਤੇ ਉਹਦੇ ਵਿੱਚੋਂ ਨਿਕਲਿਆ ਗਈ ਇਨਸਾਫ ਕਿਸ ਨੂੰ ਕੀ ਮਿਲਿਆ? ਸੋ ਤੁਹਾਡੀ ਰਿਪੋਰਟ ਕਾਫੀ ਇੰਪੋਰਟੈਂਟ ਸੀਗੀ, ਕਿਉਂਕਿ ਜਦੋਂ ਅਸੀਂ 1 ਵਾਰ 2 ਵਾਰ 3 ਵਾਰ ਜਦੋਂ ਮੌਕਾ ਮਿਲਿਆ ਸਾਨੂੰ ਜਸਟਿਸ ਰਣਜੀਤ ਸਿੰਘ ਹੋਰਾਂ ਨਾਲ ਗੱਲਬਾਤ ਕਰਨ ਦਾ, ਤਾਂ ਉਹਨਾਂ ਨੇ ਸਾਹਿਬ ਨੇ ਵੀ ਇਹੀ ਗੱਲ ਕਹੀ ਕਿ ਜਿਹੜੀ ਰਿਪੋਰਟ ਮੈਂ ਕੀਤੀ ਉਹ ਵੀ ਮੈਂ ਸ਼ੁਰੂਆਤ ਉੱਥੋਂ ਕੀਤੀ ਸੀ, ਜਾਂ ਉਹਦੇ 'ਚੋਂ ਕੁਛ ਰੈਫਰੈਂਸਿਸ ਚੁੱਕੀਆਂ ਸੀ ਮੈਂ, ਜਿੱਥੇ ਜਸਟਿਸ ਜੋਰਾ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਰਿਪੋਰਟ ਜਿਹੜੀ ਬਣਾਈ ਸੀਗੀ, ਅਤੇ ਉਹ ਵੀ ਬਹੁਤ ਮਤਲਬ ਕਿ ਇਹਦਾ ਮਤਲਬ ਹੈ ਕਿ ਤੁਹਾਡੀ ਰਿਪੋਰਟ ਦੀ ਵੇਟੇਜ ਨੂੰ ਉਹਨਾਂ ਨੇ ਦੁਬਾਰਾ ਜਦੋਂ ਨਵਾਂ ਕਮਿਸ਼ਨ ਵੀ ਬੈਠਿਆ ਜਸਟਿਸ ਰਣਜੀਤ ਸਿੰਘ ਦਾ ਵੀ, ਅਤੇ ਉਹਨਾਂ ਨੇ ਉਸ ਦੀ ਵੇਟੇਜ ਨੂੰ ਦੇਖਿਆ, ਕਿਉਂਕਿ ਉਹਨਾਂ ਨੇ ਆਪਣੇ ਤੌਰ 'ਤੇ ਵੀ ਜਦੋਂ ਉਹਨੂੰ ਇਨਵੈਸਟੀਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਮਿਸ਼ਨ ਬਿਠਾ ਕੇ ਉਹਦੀ ਪੂਰੀ ਤਰੀਕੇ ਨਾਲ ਜਾਂਚ ਪੜਤਾਲ ਸ਼ੁਰੂ ਹੋਈ, ਤਾਂ ਉਹਨਾਂ ਨੂੰ ਲੱਗਿਆ ਕਿ ਚੀਜ਼ਾਂ ਉਹੀ ਜਾ ਰਹੀਆਂ। ਤੁਹਾਡੀ ਰਿਪੋਰਟ ਵੀ ਉਹਨਾਂ ਨੇ ਪੜ੍ਹੀ, ਦੇਖੀ, ਔਰ ਉਹਨਾਂ ਨੇ ਕਿਹਾ ਕਿ ਅਸੀਂ ਉਸ 'ਚ ਪੁਆਇੰਟ ਚੁੱਕੇ, ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ, ਵਾਰ ਵਾਰ ਆਉਂਦੀਆਂ ਨੇ। ਐਸਾ ਕੀ ਸੀ ਤੁਹਾਡੀ ਰਿਪੋਰਟ ਦੇ ਵਿੱਚ, ਕੋਈ ਤੁਸੀਂ ਮਾੜਾ ਮੋਟਾ ਦੱਸ ਸਕਦੇ ਹੋ TV ਦੇ ਅੱਗੇ? ਅੱਜ ਉਹਨਾਂ ਦੀ ਰਿਸਪੈਕਟ ਕਰਦਾ ਦੱਸ ਰਣਜੀਤ ਸਿੰਘ ਜੀ ਦੀ, ਪਰ ਬੜੀ ਮਾੜੀ ਗੱਲ ਹੈ ਕਿ ਜਿਹੜੀ ਕਿ ਰਿਪੋਰਟ ਤੋਂ ਬਾਅਦ ਅਕਾਲੀ ਪਾਰਟੀ ਨੇ ਉਹਨਾਂ ਨੂੰ ਕੰਡੈਮ ਕੀਤਾ, ਉਹਨਾਂ ਦੇ ਪੁਤਲੇ ਸਾੜੇ, ਉਹ ਨਹੀਂ ਮੈਂ ਲਾਈਕ ਕਰਦਾ ਹੈਗਾ। ਠੀਕ ਹੈ, ਉਹਦੀ ਰਿਪੋਰਟ ਰਿਜੈਕਟ ਕਰਦੇ ਤਾਂ ਕੋਈ ਗੱਲ ਨਹੀਂ, ਨੋ ਪ੍ਰੋਬਲਮ, ਪਰ ਜਿਹੜਾ ਉਹਨਾਂ ਨੇ ਥਾਂ ਥਾਂ 'ਤੇ ਪੁਤਲੇ ਸਾੜੇ, ਉਹ ਬੜੀ ਮਾੜੀ ਗੱਲ ਹੋਈ ਹੈ, ਲਟਕੀ ਰਹੀ। ਦੂਸਰੀ ਗੱਲ ਹੈ ਜਿਹੜੀ ਉੱਥੋਂ ਦੀ ਰਿਪੋਰਟ ਦੀ ਹੈ, ਜਿਹੜਾ ਉੱਥੇ ਐਵੀਡੈਂਸ ਡਿਸਟਰੋਏ ਕੀਤਾ ਗਿਆ, ਐਵੀਡੈਂਸ ਜਿਹੜਾ ਮੈਨੀਪੁਲੇਟ ਕੀਤਾ ਗਿਆ, ਉਹਦੇ ਵਿੱਚ ਪਾਰਟੀ ਦੇ ਲੀਡਰ ਜਿਹੜੇ ਇਨਵੋਲਵ ਹੈਗੇ, ਇਸ ਕਰਕੇ ਰਿਪੋਰਟ ਮੇਰੀ ਪਬਲਿਕ ਨਹੀਂ ਕਰ ਰਹੇ। ਮੇਰੀ ਰਿਪੋਰਟ ਅੱਜ ਪਬਲਿਕ ਕਰਦੇ ਆ ਪਾਰਟੀ, ਤੁਸੀਂ
ਕਿਹੜੀ ਪਾਰਟੀ ਦੇ ਲੀਡਰ ਇਨਵੋਲਵ ਨੇ ਸਰ ਜਿਹੜਾ ਰਿਪਬਲਿਕ ਨਹੀਂ ਕਰ ਰਹੇ? ਮੈਂ ਤਾਂ ਇਹ ਕਹਿੰਦਾ ਵੀ ਮੈਨੂੰ ਕਹਿਣ ਵੀ ਨਾ ਕਿ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਦੱਸ ਦੇਣ, ਮੈਂ ਨਾਂ ਲੈ ਦਾਂਗਾ। ਅੱਜ ਮੈਨੂੰ ਕਹਿ ਦੇ ਮਾਨ ਸਾਹਿਬ ਕਹਿਣ ਵੀ ਤੁਸੀਂ ਜਾ ਕੇ ਜੀ ਉੱਥੇ ਨਾਂ ਲਓ, ਮੈਂ ਨਾਂ ਲੈ ਦਾਂਗਾ। ਔਰ ਇਹ ਕੰਡੀਸ਼ਨ ਦੇ ਨਾਲ ਵੀ ਜਿਹਦਾ ਨਾਂ ਲਵਾਂਗਾ ਉਹ ਫਿਰ ਉਹਨੂੰ ਆ ਕੇ ਉੱਥੇ ਪੇਸ਼ ਹੋ ਕੇ ਵੀ ਦੱਸਣਾ ਪਏਗਾ ਵੀ ਮੈਂ ਗਲਤ ਜਾਂ ਠੀਕ ਹੈ। ਉਹਨੂੰ ਵੀ ਸਹੁੰ ਚੁੱਕਣੀ ਪਊਗੀ, ਮੈਂ ਵੀ ਸਹੁੰ ਚੁੱਕ ਕੇ ਕਹਾਂਗਾ। ਮੈਂ ਜਿਹੜੀਆਂ ਤੁਹਾਨੂੰ ਗੱਲਾਂ ਸਾਰੀਆਂ ਦੱਸੀਆਂ ਇਹ ਮੈਂ ਔਨ ਓਥ ਕਹਿ ਸਕਦਾ, ਔਨ ਓਥ 15 ਪਰ 15 ਔਰ ਅੱਜ ਕਿੰਨੇ ਸਾਲ ਹੋ ਗਏ? 8-9 ਸਾਲ ਬੀਤ ਚੁੱਕੇ ਹੈ। 15 ਔਰ ਅੱਜ 23-24 ਆਉਣ ਵਾਲਾ ਹੋ ਗਿਆ, 24 ਆ ਗਿਆ, 24 ਚੱਲ ਰਿਹਾ, 23 ਤੋਂ 24 ਆ ਗਿਆ, 24 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੇ, 8-9 ਸਾਲ ਬੀਤ ਗਏ ਹੈ। ਉਹਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਸੀਗੀਆਂ ਕਿ ਨਾ ਨਾ ਕਰਦੇ, ਕਈ ਵਾਰੀ ਆਪਾਂ ਜੇ ਗੱਲ ਕਰੀਏ ਤਾਂ ਡਿਪਟੀ ਚੀਫ ਮਿਨਿਸਟਰ ਸੁਖਬੀਰ ਬਾਦਲ ਵੀ ਬਹੁਤ ਵਾਰੀ ਸੀਟਾਂ ਦੇ ਸਾਹਮਣੇ ਪੇਸ਼ ਹੋਏ ਨੇ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਜੀ ਮਹਿਰੂਮ CM ਨੇ ਪੰਜਾਬ ਦੇ ਰਹਿ ਚੁੱਕੇ, ਉਹਨਾਂ ਦੇ ਕੋਲ ਖੁਦ ਚੱਲ ਕੇ ਸੀਟਾਂ ਗਈਆਂ, ਉਹਨਾਂ ਦੀ ਉਮਰ ਦਾ ਤਕਾਜ਼ਾ ਸੀ ਜਾਂ ਕਈ ਚੀਜ਼ਾਂ ਸੀਗੀਆਂ। ਉਸੇ ਤਰੀਕੇ ਦੇ ਨਾਲ ਬਾਰ ਬਾਰ ਉੱਥੇ ਵੀ ਗੱਲਾਂ ਘੁੰਮਦੀਆਂ ਰਹੀਆਂ। ਪਰ ਤੁਸੀਂ ਇੱਕ ਪਾਰਟੀ ਦੀ ਜ਼ਿਕਰ ਕਰਤਾ ਹੋਣੀ, ਔਰ ਉਹਦੇ ਨਾਲ ਤੁਸੀਂ ਜ਼ਿਕਰ ਕਰਤਾ ਕਿ ਡਿਸਟਰੋਏ ਕਰਨ ਦੇ ਵਿੱਚ ਖਾਸ ਕਰਕੇ ਜਿਹੜੇ ਉਹ ਸੀਗੇ ਕਿ ਉਹਨੂੰ ਕਹਿੰਦੇ ਉੱਥੋਂ ਦੀ ਮਤਲਬ ਡਿਸਟਰੋਏ ਕੀਤਾ ਗਿਆ ਉਹਨੂੰ ਇੱਕ ਤਰ੍ਹਾਂ ਦਾ, ਅਤੇ ਉਹਦੇ ਵਿੱਚ ਤੁਸੀਂ ਹੁਣ ਇੰਨੇ 8-9 ਸਾਲਾਂ ਦੇ ਬਾਅਦ ਪਾਰਟੀ ਕਿਸ ਪਾਰਟੀ ਦੀ ਗੱਲ ਕਰ ਰਹੇ ਹੋ, ਔਰ ਉਹ ਰੈਫਰੈਂਸ ਕੀ ਸੀਗੀ? ਜਿੱਧਰ ਉਹ ਬਾਰ ਬਾਰ ਇਨਵੈਸਟੀਗੇਸ਼ਨ ਸੀਟਾਂ ਦੇ ਸਾਹਮਣੇ ਬੈਠਦੇ ਰਹੇ, ਉਹ ਵੀ ਕੋਈ ਗੱਲ ਹੈਗੀ ਹੈ? ਮਤਲਬ ਕਿ ਕਿਉਂਕਿ ਉਹਨਾਂ ਲੀਡਰਸ ਨੂੰ ਬਾਰ ਬਾਰ ਪਿੰਨ ਪੁਆਇੰਟ ਵੀ ਕੀਤਾ ਜਾਂਦਾ ਰਿਹਾ। ਦੇਖੋ ਇਹ ਇਸੇ ਬਾਰੇ ਜਿਹੜਾ ਤੁਸੀਂ ਕਹਿੰਦੇ ਵੀ ਕਿਹੜਾ ਐਵੀਡੈਂਸ ਡਿਸਟਰੋਏ ਕੀਤਾ ਗਿਆ ਔਰ ਕੀ ਹੋਇਆ, ਇਹ ਹੀ ਲੈਟਰ ਮੈਂ ਪਾਰਟੀ ਨੂੰ ਲਿਖ ਚੁੱਕਾ ਗਾ। ਤੁਸੀਂ ਪਾਰਟੀ ਤੋਂ ਪੁੱਛੋ ਵੀ ਤੁਹਾਨੂੰ ਲੈਟਰ ਆਇਆ ਉਹ ਦਿਖਾ ਦਿਓ, ਪਾਰਟੀ ਦਿਖਾ ਦਿਓ ਲੈਟਰ ਵੀ ਕੀ ਲੈਟਰ 'ਤੇ ਲਿਖਤਾ। ਇੰਡੀਕੇਸ਼ਨ ਦਾ ਇੱਕ ਲਾਈਨ ਹੀ ਹੁੰਦੀ ਨਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਇਸ ਤਰ੍ਹਾਂ ਦੇ ਵੀ ਜਿਹੜੇ ਹੈਗੇ ਇੱਕ ਲਾਈਨ 'ਤੇ ਕੇਸ ਤਰੀਕੇ 'ਤੇ ਪਿੰਕੀ ਕੈਟ ਹੋਇਆ ਮਸ਼ਹੂਰ ਆ, ਜਿਹਨੂੰ ਕਿ ਪੁਲਿਸ ਵਾਲੇ ਵੀ ਤੋਂ ਡਰਦੇ ਸੀ, ਪੋਲੀਟੀਸ਼ੀਅਨ ਵੀ ਉਹਦਾ ਪਾਣੀ ਭਰਦੇ ਸੀ, ਉਹਨੂੰ ਵਿਗਾੜ ਦਿੰਦੇ ਸੀਗੇ। ਸਾਰੀ ਹਾਈ ਕੋਰਟ 'ਚੋਂ ਸਾਡੇ ਕਾਫੀ ਜੱਜਾਂ ਕੋਲ ਕੇਸ ਚੱਲ ਰਿਹਾ, ਅਲਟੀਮੇਟਲੀ ਸਾਡੇ ਕੋਲ ਆਇਆ ਔਰ ਸਾਡੇ ਬੈਂਚ ਨੇ ਜਿਹਦੇ ਵਿੱਚ ਮੈਂ ਮੈਂਬਰ ਸੀ, ਮੈਂ ਹੀ ਜੱਜਮੈਂਟ ਲਿਖੀ ਸੀ, ਅਸੀਂ ਉਹ ਡਿਸਮਿਸ ਕੀਤੀ, ਉਹਦੀ ਅਪੀਲ ਡਿਸਮਿਸ ਕੀਤੀ। ਅਸੀਂ ਤਾਂ ਮੈਂ ਤਾਂ ਇਨਸਾਫ ਬਾਰੇ ਬੋਲਣਾ ਹੈਗਾ, ਇਨਸਾਫ ਪਹਿਲਾਂ ਕਰਦੇ ਰਹੇ ਹੁਣ ਵੀ ਕਰਨਾ ਹੈਗਾ, ਅਤੇ ਪਾਰਟੀ 'ਚ ਵੀ ਮੈਂ ਇਨਸਾਫ ਵਾਸਤੇ ਜੁਆਇਨ ਕੀਤੀ ਸੀ ਵੀ ਆਮ ਪਬਲਿਕ ਦੀ ਜਿਹੜੀ ਕੋਈ ਸੁਣਵਾਈ ਨਹੀਂ ਉਹਦਾ ਕਿਵੇਂ ਉਹਨੂੰ ਹਾਈਲਾਈਟ ਕੀਤਾ ਜਾਵੇ ਔਰ ਕੀ ਉਹਦੀ ਜੋ ਪ੍ਰੋਬਲਮ ਆ ਕਿਵੇਂ ਸੋਲਵ ਕੀਤੀ ਜਾਵੇ, ਇਹਦਾ ਕਰਦੇ। ਹੋਰ ਮੈਨੂੰ ਇਲੈਕਸ਼ਨ ਆ ਕੋਈ ਤਲਕ ਨਹੀਂ, ਹੁਣ ਦੁਬਾਰਾ ਫਿਰ ਵੀ ਕਹਿ ਰਿਹਾ ਇਲੈਕਸ਼ਨ ਮੈਂ ਲੜਾਂ ਨਾ ਲੜਾਂ, ਜਿੱਤਾਂ ਨਾ ਜਿੱਤਾਂ ਉਹ ਤਾਂ ਵੱਖਰਾ ਮੈਟਰ ਹੈਗਾ। ਮੈਂ ਜੋ MP MLA ਜੋ ਫੈਸਿਲਿਟੀ ਇੰਜੋਏ ਕਰ ਰਹੇ ਆ, ਮੈਂ ਤਾਂ ਬਹੁਤ ਚਿਰ ਪਹਿਲਾਂ ਸਾਰੀਆਂ ਇੰਜੋਏ ਕਰ ਚੁੱਕਾ ਹੈਗਾ, ਇਸ ਕਰਕੇ ਮੈਨੂੰ ਉਹਦਾ ਨਾ ਕੋਈ ਨਹੀਂ। ਮੈਨੂੰ ਤਾਂ ਸਿਰਫ ਸੀ ਵੀ ਇੰਨੇ ਤੁਸੀਂ ਪੈਸੇ ਖਰਚ ਕੀਤੇ, ਕਮਿਸ਼ਨਾਂ ਦੇ ਪੈਸੇ ਖਰਚ ਕੀਤੇ, ਕਿੰਨੀਆਂ ਸੀਟਾਂ ਬਣਾਈਆਂ, ਅਤੇ ਪਬਲਿਕ ਨੂੰ ਕੀ ਪਤਾ ਲੱਗਿਆ ਵੀ ਕਿਹੜਾ ਐਟ ਫਾਲਟ ਹੈਗਾ, ਹੂ ਇਜ਼ ਐਟ ਫਾਲਟ। ਸਰ ਅਗੇਨ ਤੁਸੀਂ ਕਹਿ ਰਹੇ ਹੋ ਕਿ ਐਵੀਡੈਂਸ ਜਿਹੜੇ ਡਿਸਟਰੋਏ ਕੀਤੇ ਗਏ ਹੈ, ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰ ਬਾਰ ਜਿਹੜੇ ਖੜ੍ਹੇ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੈ, ਉਹ ਕਿਉਂਕਿ ਵਿਧਾਨ ਸਭਾ 'ਚ ਵੀ ਜਦੋਂ ਆਉਂਦੇ ਆ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਈ ਵਾਰੀ ਉਹ ਲਿਪਸ ਉਹਨਾਂ ਦੇ ਟਾਈਟ ਹੋ ਜਾਂਦੇ, ਕਈ ਵਾਰੀ ਕਹਿੰਦੇ ਕਿ ਬਾਤ ਕਰੂੰਗਾ ਮੈਂ, ਗੱਲ ਕਰਾਂਗਾ ਮੈਂ, ਕਦੀ ਟਾਈਮ ਆਏਗਾ, ਸਮਾਂ ਆਏਗਾ ਤਾਂ ਗੱਲ ਕਰਾਂਗਾ।
ਉਹ ਡੈਫੀਨੇਟਲੀ ਕਿਉਂਕਿ ਪੁਲਿਸ ਆਫਿਸਰ ਸੀਗੇ, ਉਹਨਾਂ ਨੇ ਉਹਨਾਂ ਦੀ ਉਹ ਸਿੱਟ ਦੇ ਮੈਂਬਰ ਸੀਗੇ, ਉਹਨਾਂ ਦੀ ਇਨਵੈਸਟੀਗੇਸ਼ਨ ਵੀ ਡੈਫੀਨੇਟਲੀ ਵੇਟ ਰੱਖਦੀ ਹੈ। ਪਰ ਜਦੋਂ ਕਮਿਸ਼ਨ ਦੇ ਵਿੱਚ ਕਾਨੂੰਨੀ ਮਾਹਿਰ ਬੈਠ ਜਾਂਦੇ ਆ, ਜੱਜ ਸਾਹਿਬ ਬੈਠ ਜਾਂਦੇ ਆ, ਚਾਹੇ ਉਹ ਜਸਟਿਸ ਜੋਰਾ ਸਿੰਘ ਜੀ ਹੋਣ, ਚਾਹੇ ਉਹ ਜਸਟਿਸ ਰਣਜੀਤ ਸਿੰਘ ਜੀ ਹੋਣ, ਅਤੇ ਉਹਦੀ ਜਿਹੜਾ ਪ੍ਰਭਾਵ ਆ ਉਸ ਚੀਜ਼ ਦੀ ਇੱਕ ਤਰ੍ਹਾਂ ਦਾ ਸਟੈਂਪ ਜਿਹੜੀ ਹੈ ਉਹਨੂੰ ਕਾਨੂੰਨੀ ਮੋਹਰ ਲੱਗ ਜਾਂਦੀ ਹੈ ਇੱਕ ਤਰੀਕੇ ਨਾਲ ਕਾਫੀ ਹੱਦ ਤੱਕ। ਰਿਟਾਇਰਡ ਹੋਣ ਨਾਲ ਨਹੀਂ ਕੁਛ ਹੁੰਦਾ ਵੀ ਰਿਟਾਇਰਡ ਨੇ ਜਾਂ ਔਨ ਸੀਟ ਨੇ, ਹੁਣ ਉਸ ਟਾਈਮ ਤਾਂ ਸਿਟਿੰਗ ਜੱਜ ਨੇ, ਬਟ ਡੈਫੀਨੇਟਲੀ ਯੈਸ, ਉਹ ਕਿਉਂਕਿ ਇੱਕ ਪੁਖਤਾ ਉਹਨਾਂ ਦੀ ਇੰਨੀ ਲੰਬੀ ਸਰਵਿਸ ਔਰ ਉਹਨਾਂ ਦਾ ਆਪਣਾ ਐਕਸਪੀਰੀਅੰਸ, ਔਰ ਜੱਜ ਤਾਂ ਜੱਜ ਹੀ ਹੁੰਦੇ ਆ, ਅਤੇ ਇਸ ਕਰਕੇ ਉਸ ਚੀਜ਼ ਨੂੰ ਲੈ ਕੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਵੀ ਬਾਰ ਬਾਰ ਬੋਲ ਰਹੇ ਕਿ ਉਹ ਵੀ ਇਸੇ ਤਰੀਕੇ ਦੀ ਡਿਸਟ੍ਰਕਸ਼ਨ ਆਫ ਐਵੀਡੈਂਸ ਦੀ ਬਾਰ ਬਾਰ ਇਸ਼ਾਰਾ ਕਰਨ ਦੀ ਕੋਸ਼ਿਸ਼ ਕਰ ਰਹੇ। ਮੈਨੂੰ ਬੜਾ ਮਤਲਬ ਅਫਸੋਸ ਨਾਲ ਕਹਿਣਾ ਪੈਂਦਾ ਵੀ ਸਾਡੇ ਜਿਹੜੇ ਅਫਸਰ ਆ ਨਾ, ਜਿਵੇਂ ਪਹਿਲਾਂ ਮੈਂ ਇਸ ਵਿੱਚ ਨਹੀਂ ਗੱਲ ਹੋਈ ਹੈ, ਆਪਾਂ ਪਹਿਲਾਂ ਗੱਲ ਕਰ ਚੁੱਕੇ ਸੀ ਵੀ ਜਿੰਨੇ ਅਫਸਰ ਹੈਗੇ ਆ ਇਹਨਾਂ ਨੂੰ ਓਨੈਸਟਲੀ ਕੰਮ ਕਰਨਾ ਚਾਹੀਦਾ, ਕਿਸੇ ਪੋਲੀਟੀਸ਼ਨ ਨੂੰ ਡਰਨਾ ਚਾਹੀਦਾ, ਕਾਨੂੰਨ ਦੇ ਮੁਤਾਬਿਕ ਕੰਮ ਕਰਨ, ਤਾਂ ਕਿ ਇਹ ਸਿਸਟਮ ਤਾਂ ਹੀ ਚੇਂਜ ਹੋ ਸਕਦਾ ਜੇ ਕਾਨੂੰਨ ਦੇ ਮੁਤਾਬਿਕ ਕੰਮ ਕਰਨਗੇ। ਠੀਕ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਮੇਰੀ ਅਪੀਲ ਹੈਗੀ ਆ, ਉਹਨਾਂ ਨੇ ਬਹੁਤ ਸਫ਼ਰ ਕੀਤਾ, ਮੈਂ ਤਾਂ ਸਾਰੀ ਆਪਣੀ ਲਾਈਫ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਨਗੀ ਜੁਆਇਨ ਕੀਤੀ, ਉਹਦੇ 'ਚ ਟਾਈਮ ਰਹਿੰਦਾ ਸੀਗਾ, ਉਹਦੇ ਨਾਲ ਬਹੁਤ ਜ਼ਿਆਦਾ ਹੋਈ ਹੈ। ਉਹਨਾਂ ਨੂੰ ਪੂਰਾ ਨਗੀ ਸਟੈਂਡ ਲੈਣਾ ਚਾਹੀਦਾ, ਓਪਨਲੀ ਬੋਲਣਾ ਚਾਹੀਦਾ ਵੀ ਕਿਹੜਾ ਕੀ ਹੋਇਆ ਕੀ ਨਹੀਂ ਹੋਇਆ। ਮੈਂ ਅੱਜ ਤੁਹਾਡੇ ਸਾਹਮਣੇ ਗੱਲ ਕਰ ਰਿਹਾ, ਜੇ ਕਿਸੇ 'ਚ ਜ਼ਰੂਰਤ ਹੈਗੀ ਆ, ਮੈਂ ਕਹਿ ਰਿਹਾ ਵੀ ਚਲੋ ਅਕਾਲ ਤਖ਼ਤ 'ਤੇ ਪੇਸ਼ ਹੁੰਦੇ ਆਪਾਂ, ਉੱਥੇ ਦੱਸਾਂਗਾ। ਇਹ ਮੇਰੀ ਰਿਪੋਰਟ ਕਿਉਂ ਨਹੀਂ ਨਗੀ ਕਰ ਰਹੇ, ਉਹਦਾ ਵਿੱਚ ਕੋਈ ਨਾ ਕੋਈ ਕਾਰਨ ਹੈਗਾ, ਅਤੇ ਜੇ ਇਹ ਨਹੀਂ ਫਾਲਟ 'ਤੇ ਕਰ ਦੇਣਾ, ਅੱਜ ਕੀ ਹੈ ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਹੈ, ਲਓ ਜੀ ਅਸੀਂ ਤਾਂ ਕਰਦੇ। ਹੁਣ ਪਬਲਿਕ ਵਿੱਚ ਵੀ ਮੈਂ ਇੱਕ ਦਿਨ ਸੁਣ ਰਿਹਾ ਸੀ, ਕਹਿੰਦਾ ਜੀ ਇਹ ਤਾਂ ਜਿਹੜੀਆਂ ਬੇਅਦਬੀ ਵਾਲਾ ਮੁੱਦਾ ਤਾਂ ਕੋਈ ਗੱਲ ਨਹੀਂ ਗੀ। ਇਹ ਵੀ ਪਾਰਟੀ ਸਾਡੀ ਪਾਰਟੀ ਨਾਲ ਵੀ ਜਦੋਂ ਮੈਂ ਗੱਲ ਹੋਈ, ਉਹ ਕਹਿੰਦੇ ਬੇਅਦਬੀਆਂ ਤਾਂ ਹੁੰਦੀਆਂ ਰਹਿੰਦੀਆਂ, ਦੱਸੋ ਜੇ ਇਹ ਵਿਊ ਹੈਗਾ ਤਾਂ ਫਿਰ ਇੱਥੇ ਸਿਸਟਮ ਕਿਵੇਂ ਇੰਪਰੂਵ ਹੋਊਗਾ। ਫਿਰ ਤਾਂ ਮਤਲਬ ਵੀ ਬੇਅਦਬੀਆਂ ਹੁੰਦੀਆਂ ਰਹਿਣਗੀਆਂ ਅਤੇ ਆਪਾਂ ਇਗਨੋਰ ਕਰੀ ਚੱਲਾਂਗੇ, ਕਿ ਤਾਂ ਹੁੰਦੇ ਹੀ ਰਹਿੰਦੇ ਕੰਮ। ਪਾਰਟੀ ਦੇ ਵਿੱਚ ਜੱਜ ਸਾਹਿਬ ਸੀਗੇ ਉਦੋਂ ਇਹ ਗੱਲਾਂ ਤੁਸੀਂ ਕੀਤੀਆਂ ਸੀਗੀਆਂ, ਕਿਉਂਕਿ ਸ਼ਾਇਦ ਕਿਤੇ ਨਾ ਕਿਤੇ ਲੋਕ ਇਹ ਵੀ ਕਹਿ ਸਕਦੇ ਕਿ ਜੱਜ ਸਾਹਿਬ ਜਦੋਂ ਤੁਸੀਂ ਪਾਰਟੀ ਸੀਗੇ ਤਾਂ ਤੁਸੀਂ ਇਹ ਗੱਲਾਂ ਕੀਤੀਆਂ ਸੀ ਵੀ ਐਵੀਡੈਂਸ ਡਿਸਟਰੋਏ ਹੋ ਰਿਹਾ। ਇਹ ਕੁਐਸਚਨ ਮੈਨੂੰ 19 ਦੇ ਵਿੱਚ ਵੀ ਕਿਸੇ ਨੇ ਕੀਤਾ ਸੀਗਾ, ਮੈਂ ਕਿਹਾ ਦੇਖੋ ਮੈਂ ਪਾਰਟੀ 'ਚ ਹੁਣ ਨਾ ਕੀ ਜੁਆਇਨ ਕੀਤਾ ਹੈਗਾ, ਪਾਰਟੀ ਨਾਲ ਮਤਲਬ ਪਾਰਟੀ ਨੇ ਮੈਨੂੰ ਨਾ ਕੀ ਅਸ਼ੋਰ ਕੀਤਾ ਵੀ ਮੈਂ ਤੇਰੀ ਰਿਪੋਰਟ ਪਬਲਿਕ ਕਰਾਂਗਾ। ਠੀਕ ਹੈ, ਆਫਟਰ ਦੈਟ ਮੈਂ ਲੀਗਲ ਬੈਂਕ ਦਾ ਪ੍ਰੈਜੀਡੈਂਟ ਬਣ ਗਿਆ, ਵਕੀਲ ਵਕੂਲ ਜੁਆਇਨ ਕੀਤੇ ਹੋਰ ਹੋਵੇਗੇ, ਉਸ ਟਾਈਮ 'ਤੇ ਮੇਰੇ ਕੋਲ ਕੋਈ ਮੌਕਾ ਵੀ ਨਹੀਂ ਸੀ ਵੀ ਮੈਂ ਪਬਲਿਕ ਕਰਾਂ, ਪਰ ਇਹਨਾਂ ਨੂੰ ਮੈਂ ਲਿਖਦਾ ਰਿਹਾ ਵੀ ਤੁਸੀਂ ਪਬਲਿਕ ਕਰੋ, ਪਬਲਿਕ ਕਰੋ, ਪਬਲਿਕ ਕਰੋ, ਕਰਿਓ ਪਬਲਿਕ। ਜਦੋਂ ਨਾ ਕੀ ਮੈਨੂੰ ਨਾਰਾਜ਼ਗੀ ਜਦੋਂ ਹੋਈ, ਜਦੋਂ ਆਪਣੇ ਜਥੇਦਾਰ ਕੌਂਕਾ ਸਾਹਿਬ ਦਾ ਮਰਡਰ ਦੀ ਰਿਪੋਰਟ ਵਗੈਰਾ ਆਊਟ ਹੋਈ, ਅਤੇ ਡੀ ਐੱਸ ਪੀ ਇੱਕ ਸੇਖੋਂ ਹੈਗੇ ਆ ਐਕਸ ਡੀ ਐੱਸ ਪੀ, ਉਹਨਾਂ ਨੇ ਕਿਤੇ ਟੀ ਵੀ ਉੱਥੇ ਇਸ ਤਰ੍ਹਾਂ ਇੰਟਰਵਿਊ ਕਰਦੇ ਕਰਦੇ ਜਾਣਾ ਕਿ ਕਿਤੇ ਬਾਈਕ 'ਤੇ ਗੱਲ ਕਹੀ ਵੀ ਗੌਰਮੈਂਟ ਨੂੰ ਪਬਲਿਕ ਕਰਨੀ ਚਾਹੀਦੀ ਆ, ਵੀ ਜੇ ਇਹ ਰਿਪੋਰਟ ਵੀ ਅੱਜ ਤੋਂ 20-10 ਸਾਲਾਂ ਬਾਅਦ ਪਬਲਿਕ ਹੋਈ ਅਤੇ ਉਸ ਟਾਈਮ 'ਤੇ ਜਿਹੜੇ ਅਫਸਰ ਐਟ ਫਾਲਟ ਆ ਜਾਂ ਪੋਲੀਟੀਸ਼ਨ ਐਟ ਫਾਲਟ ਹੈਗੇ ਆ, ਉਹ ਕਿਤੇ ਨਾ ਕਿਤੇ ਹੋਣਗੇ, ਉਹਦਾ ਕੀ ਐਕਸ਼ਨ ਲਵਾਂਗੇ। ਫਿਰ ਮੈਂ ਇਹਨਾਂ ਨੂੰ ਪਾਰਟੀ ਨੂੰ ਦੁਬਾਰਾ ਫਿਰ ਲਿਖਿਆ, ਮੈਂ ਕਿਹਾ ਮੈਨੂੰ ਪਬਲਿਕ ਕਰੋ, ਮੈਨੂੰ ਔਰ ਉਹਦੀ ਜਿਹੜੀ ਆ ਮੈਨੂੰ ਕਲਿੱਪ ਹੈਗੀ ਉਹ ਭੇਜੀ, ਮੈਂ ਉੱਪਰ ਭੇਜੀ ਵੀ ਤੁਸੀਂ ਪਬਲਿਕ ਕਰੋ, ਜਿਹੜਾ ਮੈਨੂੰ ਰਿਪਲਾਈ ਅਲਟਰਨੇਟਿਵ ਮੇਰੇ ਕੋਲ ਫਿਰ ਕੀ ਸੀ। ਇਸੇ ਕਰਕੇ ਮੈਂ ਕਹਿ ਰਿਹਾ ਵੀ ਤੁਸੀਂ ਕਹੋਗੇ ਜੀ ਵੀ ਜੇ ਪਹਿਲਾਂ ਨੂੰ ਬੋਲ ਪੈਂਦੇ, ਮੈਂ ਪਾਰਟੀ ਨੂੰ ਲਿਖਦਾ ਰਿਹਾ, ਟੈਲੀਫੋਨ 'ਤੇ ਵੀ ਗੱਲ ਕੀਤੀ, ਮੈਨੂੰ ਟਾਈਮ 5 ਮਿੰਟ ਦੇ ਦਿਓ, 5 ਮਿੰਟ ਦਾ ਟਾਈਮ ਨਹੀਂ ਤੁਹਾਨੂੰ ਪਾਰਟੀ ਦੇ ਰਹੀ। ਅਤੇ ਆਮ ਆਦਮੀ ਪਾਰਟੀ ਜਿਹੜਾ ਨਾ ਕਿ ਜਿਹੜਾ ਕਿ ਵਿਚਾਰਾ ਲੇਬਰ ਜਿਹੜਾ ਝੰਡੇ ਚੁੱਕੀ ਫਿਰਦਾ ਹੈ ਕਿ ਪੋਸਟ ਲਾਉਂਦਾ ਫਿਰਦਾ, ਉਹ ਉਹਦੀ ਕਿੱਥੇ ਸੁਣਵਾਈ ਹੋਊਗੀ। ਸਰ ਤੁਸੀਂ
ਜਥੇਦਾਰ ਕੌਂਕੇ ਹੋਰਾਂ ਦੀ ਗੱਲ ਕੀਤੀ ਹੈ ਅਤੇ ਉਹਦੇ ਵਿੱਚ ਉਹਨਾਂ ਦੀ ਜਿਹੜੀ ਪੂਰੀ ਰਿਪੋਰਟ ਸੀ ਐਵੇਂ ਨਹੀਂ ਬਾਹਰ ਆਈ ਅਤੇ ਇੱਕ ਹਿਊਮਨ ਰਾਈਟਸ ਦਾ ਜਿਹੜੀ ਇੱਕ ਜਥੇਬੰਦੀ ਬਣੀ ਹੋਈ ਹੈ ਲੋਇਰਸ ਦੀ ਜਥੇਬੰਦੀ, ਉਹਨਾਂ ਨੇ ਇਸ ਨੂੰ ਕਾਫੀ ਸਾਲ ਘਾਲਣਾ ਘਾਲ ਕੇ ਉਹ ਜਿਹੜੀ ਰਿਪੋਰਟ ਸੀ ਉਹ ਨਸ਼ਰ ਕੀਤੀ, ਪਬਲਿਕ ਵਿਊ ਵਿੱਚ ਲੈ ਕੇ ਆਏ, ਆਫਿਸ਼ੀਅਲੀ ਉਹ ਨਹੀਂ ਬਾਹਰ ਆਈ, ਉਹ ਇੱਕ ਜਥੇਬੰਦੀ ਹੈਗੀ ਹੈ ਲੋਇਰਸ ਦੀ ਜਿਹੜੀ ਲੈ ਕੇ ਆਈ ਹੈ। ਤੁਸੀਂ ਖੁਦ ਜੱਜ ਸਾਹਿਬ ਹੈਗੇ ਹੋ, ਤੁਹਾਨੂੰ ਨਹੀਂ ਲੱਗਦਾ ਵੀ ਇਹ ਰਿਪੋਰਟ ਤੁਸੀਂ ਖੁਦ ਉਹ ਰਿਪੋਰਟ ਲਿਖੀ ਹੈ ਜਦਕਿ ਤੁਸੀਂ ਖੁਦ ਤਿਆਰ ਕੀਤੀ ਹੈ, ਅਤੇ ਇਸ ਤਰੀਕੇ ਦੇ ਨਾਲ ਪਬਲਿਕ ਨਹੀਂ ਹੋ ਸਕਦੀ, ਪਬਲਿਕ ਉਹਦੇ 'ਚ ਨਹੀਂ ਆ ਸਕਦੀ? ਮੈਨੂੰ ਕੋਈ ਪਾਰਟੀ ਮੀਟਿੰਗ ਰੱਖ ਲਿਆ ਵੀ ਮੈਂ ਦੱਸ ਦਾਂਗੇ ਵੀ ਆ ਸਕਦੀ ਨਹੀਂ ਦੱਸਦੀ, ਤੁਸੀਂ ਵੀ ਕੋਲੇ ਹੋਵੋਗੇ, ਮੇਰੇ ਨਾਲ ਬੈਠ ਕੇ ਗੱਲ ਕਰ ਲਈ ਵੀ ਕਿਉਂ ਨਹੀਂ ਪਬਲਿਕ ਹੋ ਸਕਦੀ, ਪਬਲਿਕ ਕਿਉਂ ਨਹੀਂ ਹੋ ਸਕਦੀ, ਇਹਨਾਂ 'ਚ ਕੀ ਇਹਦੇ ਕੀ ਹੈਚੇਗੀ ਹੈ? ਜਦ ਕਾਨੂੰਨ ਕਹਿ ਰਿਹਾ, ਕਾਨੂੰਨ ਕਹਿ ਰਿਹਾ ਜਦੋਂ ਰਿਪੋਰਟ ਸਬਮਿਟ ਕੀਤੀ ਜਾਂਦੀ ਹੈ ਉਹਨੂੰ ਵਿਦ ਇਨ 6 ਮੰਥ ਟੇਬਲ ਕਰਨੀ ਚਾਹੀਦੀ ਹੈ, ਉਹਦੇ ਉੱਤੇ ਤੁਸੀਂ ਹੁਣ ਪੜ੍ਹੋ, ਪੜ੍ਹ ਕੇ ਜੋ ਉਹ 'ਤੇ ਐਕਸ਼ਨ ਲੈਣਾ ਲਓ ਨਹੀਂ ਲਓ, ਜੇ ਕੋਈ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਨਹੀਂ ਕੋਈ ਆਊਟ ਕਰ ਸਕਦੇ ਕੋਈ ਪੁਆਇੰਟ, ਫਿਰ ਉੱਤੇ ਯੂ ਕੈਨ ਰਾਈਟ ਵੀ ਆਇਆ ਜੇ ਇਸ ਕਰਕੇ ਡਿਊਟੀ ਦੱਸੀ ਜਿਹਨੇ ਅਸੀਂ ਨਹੀਂ ਕਰ ਸਕਦੇ, ਪਰ ਜਦੋਂ ਤੁਸੀਂ ਪਬਲਿਕ ਹੀ ਨਹੀਂ ਕਰਨੀ, ਕਿਸੇ ਨੂੰ ਦਿਖਾਉਣਾ ਹੀ ਨਹੀਂ ਗਿਆ, ਮੈਂ ਕਹਿੰਦਾ ਅੱਜ ਰਿਪੋਰਟ ਇਹ ਪਬਲਿਕ ਕਰ ਦੇਣ ਥਰੋਟ ਵਰਲਡ, ਪੰਜਾਬ ਪੁਲਿਸ ਇੱਕ ਲਾਈਨ ਦਾ ਜਵਾਬ ਨਹੀਂ ਦੇ ਸਕਦੀ ਵੀ ਕੀ ਹੈਗਾ ਇਹਦੇ 'ਚ, ਕਿਉਂ ਨਹੀਂ ਇਹ ਕੀ ਹੋਇਆ, ਪੰਜਾਬ ਪੁਲਿਸ ਸਾਰੇ AG ਦਫ਼ਤਰ ਨਾਲ ਕੀ ਨਾਲ ਲਾ ਲੈਣਾ ਆਪਣੇ CM ਸਾਹਿਬ ਵੀ ਦੱਸੋ ਇਹਦਾ ਕੀ ਰਿਪਲਾਈ ਹੈ ਵੀ ਕਿਵੇਂ ਇਹ ਐਵੀਡੈਂਸ ਜਿਹੜਾ ਡਿਸਟਰੋਏ ਹੋਇਆ ਮੈਨੂਪਲੇਟ ਕੀਤਾ ਗਿਆ ਇਹ ਕਿਵੇਂ ਹੋਇਆ, ਇਹੀ ਕਰਕੇ ਮੈਂ ਰੌਲਾ ਪਾਇਆ ਅਤੇ ਹੁਣ ਉਮੀਦ ਹੈ ਤੁਹਾਨੂੰ ਕਿ ਸ਼ਾਇਦ ਹੋ ਜਾਏਗੀ, ਅਤੇ ਤੁਸੀਂ ਹੁਣ ਜਲਦੀ ਚੋਣਾਂ 'ਚ ਖੜ੍ਹੇ ਹੋਵੋਗੇ, ਮੇਰਾ ਆਖਰੀ ਸਵਾਲ ਹੈ। ਦੇਖੋ ਕਰਨ ਨਾ ਕਰਨ ਇਹ ਪਬਲਿਕ ਨਹੀਂ ਦੇਖਣਾ ਵੀ ਇਹ ਕੋ ਹੂਜ਼ ਐਟ ਫਾਲਟ, ਇਹ ਕਿਉਂ ਨਹੀਂ ਕਰ ਰਹੇ, ਜਿਹੜੀਆਂ ਪਾਰਟੀਆਂ ਉਹਨਾਂ ਦੇਖਣਾ, ਠੀਕ ਨਹੀਂ ਵੀ ਇਹ ਕਿਉਂ ਨਹੀਂ ਕਰ ਰਹੇ, ਪਬਲਿਕ ਨੇ ਦੇਖਣਾ ਵੀ ਇੰਨੀਆਂ ਪੈਸਾ ਖਰਚ ਹੋਇਆ, ਮਤਲਬ ਸਾਡੇ 2 ਨਕੀ ਨੌਜਵਾਨ ਸ਼ਹੀਦ ਹੋਏ ਗਏ ਆ ਅਤੇ ਕਿਸਾਨ ਕਿੰਨੇ ਮਰੇ, ਇਹ ਜਿਹੜੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ, ਫਿਰ ਇਹ ਤਾਂ ਉਹਨਾਂ ਨੇ ਦੇਖਣਾ ਗਿਆ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਇਸ ਗਿਆ ਸਾਡੇ ਨਾਲ ਖਾਸ ਮਹਿਮਾਨ ਅਤੇ ਸਾਡੀ ਖਾਸ ਇੰਟਰਵਿਊ ਸੀ, ਐਕਸਕਲੂਸਿਵ ਇੰਟਰਵਿਊ ਹੈਗੀ ਹੈ ਜਸਟਿਸ ਜੋਰਾ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਕਿ ਰਿਪੋਰਟ ਪਹਿਲੀ ਬਣਾਈ ਸੀਗੀ, ਕਮਿਸ਼ਨ ਬੈਠਿਆ ਸੀ ਉਹਨੂੰ ਹੈੱਡ ਕਰ ਰਹੇ ਸੀ, ਔਰ ਉਸ ਕਮਿਸ਼ਨ ਦੀ ਉਹਨਾਂ ਨੇ ਰਿਪੋਰਟ ਬਣਾਈ ਸੀ, ਖਾਸ ਕਰਕੇ ਅਕਾਲੀ ਪਾਰਟੀ ਦੀ ਜਦੋਂ ਸਰਕਾਰ ਸੀਗੀ ਉਦੋਂ ਇਹ ਕਮਿਸ਼ਨ ਬਣਿਆ ਸੀਗਾ। ਪਰ ਉਸ ਦੇ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਅਤੇ ਉਹਦੇ ਬਾਅਦ ਮੈਂ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਬਕਾਇਦਾ ਕਿਹਾ ਕਿ ਇਸ ਪਰਟੀਕੁਲਰ ਰਿਪੋਰਟ ਨੂੰ ਨਸ਼ਰ ਕਰ ਦਿਉ, ਪਰ ਉਹਨਾਂ ਨੇ ਅੱਜ ਬੜੇ ਸਾਫ਼ ਕੋਈ ਦੇ ਨਾਲ ਇਹ ਗੱਲ ਕਹੀ ਹੈ ਕਿ ਪਾਰਟੀ ਨੂੰ ਕੀ ਪ੍ਰੋਬਲਮ ਹੋ ਸਕਦੀ ਹੈ, ਕਿਉਂ ਨਹੀਂ ਉਹ ਪਬਲਿਕ ਡੋਮੇਨ 'ਤੇ ਸਾਰੀ ਦੀ ਸਾਰੀ ਰਿਪੋਰਟ ਨੂੰ ਲੈ ਕੇ ਆ ਰਹੀ, ਕਿਉਂ ਨਸ਼ਰ ਨਹੀਂ ਕਰ ਰਹੀ। ਉਹਨਾਂ ਦਾ ਕਹਿਣਾ ਹੈ ਕਿ ਐਵੀਡੈਂਸਿਸ ਕਿਤੇ ਨਾ ਕਿਤੇ ਨਸ਼ਟ ਕੀਤੇ ਗਏ ਨੇ, ਉਹਨਾਂ ਨੂੰ ਡਿਸਟਰੋਏ ਕੀਤਾ ਗਿਆ ਜਿਹੜੇ ਵੀ ਐਵੀਡੈਂਸ ਨੇ, ਅਤੇ ਉਹਨਾਂ ਐਵੀਡੈਂਸਿਸ ਨੂੰ ਡਿਸਟਰੋਏ ਕਰਨ ਦੇ ਵਿੱਚ ਵੀ ਬਹੁਤ ਗੁੰਝਲਾਂ ਨੇ, ਬਹੁਤ ਸਾਰੀਆਂ ਗੱਲਾਂ ਬਾਤਾਂ ਨੇ। ਇੰਟਰਵਿਊ ਪੂਰੀ ਦੇਖੋਗੇ ਤਾਂ ਤੁਹਾਨੂੰ ਇੱਕ ਇੱਕ ਧਿਆਨ ਨਾਲ ਸ਼ਬਦ ਸੁਣਨਾ ਪਏਗਾ ਤਾਂ ਜੱਜ ਸਾਹਿਬ ਦੀ ਗੱਲ ਸਮਝ ਆਏਗੀ। ਪਰ ਦੂਸਰੇ ਪਾਸੇ ਜਿਹੜੀ ਫਰੀਦਕੋਟ ਤੋਂ ਉਹਨਾਂ ਦੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਫੀਲਡ ਦੇ ਵਿੱਚ ਜਾਂ ਚੋਣਾਂ 'ਚ ਉਤਰਨ ਦਾ ਜਿਹੜੀ ਗੱਲ ਹੈ, ਉਹਨਾਂ ਨੇ ਕਿਹਾ ਕਿ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ, ਔਰ ਮੈਨੂੰ ਵਾਕਈ ਹੀ ਚਾਹ ਰਹੇ ਨੇ ਲੋਕ ਉੱਥੋਂ ਦੇ ਵੀ, ਔਰ ਮੇਰਾ ਕਿਉਂਕਿ ਉਹ ਆਪਣਾ ਪਿੰਡ ਹੈ ਉੱਥੇ ਫਰੀਦਕੋਟ ਦੇ ਵਿੱਚ, ਅਤੇ ਤਾਂ ਕਰਕੇ ਮੈਂ ਜ਼ਰੂਰ ਚਾਹੁੰਦਾ ਕਿ ਜੇ ਮੈਂ ਚੋਣ ਲੜਾਂ ਤਾਂ ਉੱਥੋਂ ਹੀ ਲੜਾਂ। ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਕੀ ਹੁੰਦਾ, ਬਟ ਇਹ ਬਹੁਤ ਹੀ ਖਾਸ ਮਹਿਮਾਨ ਸੀਗੀ ਔਰ ਬਹੁਤ ਹੀ ਖਾਸ ਇੰਟਰਵਿਊ ਸੀਗੀ, ਤੁਸੀਂ ਦੇਖਦੇ ਰਹੋ। ਮੈਨੂੰ ਅਤੇ ਮੇਰੇ ਕੈਮਰਾ ਪਰਸਨ ਸਰਬਜੀਤ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ,
ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।